ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਬਹੁਤ ਹੀ ਇੰਪੋਰਟੈਂਟ ਬੱਚੋ, ਆਪਾਂ ਜੀਕੇ ਜੀਐਸ ਸੀਰੀਜ਼ ਆਪਾਂ ਸਟਾਰਟ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ ਪਹਿਲਾਂ ਪੋਲਿਟੀ ਦਾ ਸੈਕਸ਼ਨ ਬਹੁਤ ਹੀ ਕੰਪ੍ਰੀਹੈਂਸਿਵ ਵੇ ਨਾਲ ਆਪਾਂ ਕਵਰ ਕਰ ਰਹੇ ਹਾਂ। ਲਾਸਟ 11 ਕਲਾਸਸ ਆਪਾਂ ਦੇਖਿਆ ਹੋਊਗਾ ਵੀ ਪਾਰਲੀਮੈਂਟ ਤੇ ਆਪਾਂ ਪਹੁੰਚ ਚੁੱਕੇ ਹਾਂ। ਸੋ ਬਹੁਤ ਹੀ ਜਲਦ ਫਿਰ ਆਪਾਂ ਜੁਡੀਸ਼ਰੀ, ਫਿਰ ਅੱਗੇ ਸੁਪਰੀਮ ਕੋਰਟ, ਹਾਈ ਕੋਰਟ, ਜਾਂ ਅੱਗੇ ਆਪਣੇ ਸਟੇਟਸ ਬਾਰੇ, ਗਵਰਨਰ ਬਾਰੇ, ਫਿਰ ਇਲੈਕਸ਼ਨਸ ਬਾਰੇ, ਸਾਰੇ ਸੈਕਸ਼ਨ ਬਹੁਤ ਹੀ ਕੰਪ੍ਰੀਹੈਂਸਿਵ ਵੇ ਨਾਲ ਬੱਚੋ ਆਪਾਂ ਕਵਰ ਕਰਾਂਗੇ। ਬਿਕੋਜ਼ ਬਹੁਤ ਬੱਚੇ ਨਾਲ ਇਹ ਵੀ ਕਹਿ ਰਹੇ ਹੈ ਵੀ ਬਹੁਤ ਜਲਦ ਤੁਸੀਂ ਸਰ ਇਕਨੋਮੀ ਦਾ ਸੈਕਸ਼ਨ ਹੋ ਗਿਆ, ਜਾਂ ਕਹਿ ਲਓ ਮਾਡਰਨ ਹਿਸਟਰੀ ਦਾ ਸੈਕਸ਼ਨ ਹੋ ਗਿਆ, ਜਾਂ ਬਾਕੀ ਮਿਸਲੀਡਿਸ ਟਾਈਪ ਕੁਸ਼ਚਨ ਹੋ ਗਏ, ਸਾਰਾ ਕੁਝ ਬੱਚੇ ਆਪਾਂ ਕਰਾਂਗੇ। ਮੈਂ ਬਾਰ ਬਾਰ ਕਹਿ ਰਿਹਾ, ਲੰਬਾ ਚੱਲਣਾ ਪਊਗਾ, ਕੋਈ ਜ਼ਿੰਦਗੀ ਦੇ ਵਿੱਚ ਸਕਸੈਸ ਦਾ ਕੋਈ ਸ਼ਾਰਟਕੱਟ ਨਹੀਂ ਹੈ। ਸੋ ਆਪਾਂ ਜੇਕਰ ਤਸੱਲੀ ਬਖਸ਼ ਤਰੀਕੇ ਨਾਲ ਤਿਆਰੀ ਕਰਨੀ ਹੈ, ਹਾਂ ਜੇਕਰ ਮੈਂ ਤੁਹਾਨੂੰ ਵੈਸੇ ਹੀ ਇੱਥੇ ਬਣਾ ਕੇ ਥੰਬਨੇਲ ਵਿੱਚ ਚੱਕਦਾ ਹੈ ਫੱਟੇ ਕਲਾਸ ਪੇਪਰ ਪਾਸ, ਉਹੋ ਜਿਹਾ ਬੱਚਾ ਆਪਣੇ ਕੋਲ ਕੋਈ ਜਾਦੂ ਨਹੀਂ ਹੈ, ਨਹੀਂ ਮੇਰੇ ਕੋਈ ਚੂਰਨ ਹੈ, ਨਾ ਹੀ ਆਪਾਂ ਗੈਸ ਕਰ ਸਕਦੇ ਹਾਂ ਵੀ ਆਪਾਂ ਮੈਰਾਥਨ ਕਲਾਸ ਲਾ ਦਾਂਗੇ ਤਾਂ ਥੋੜ੍ਹੀ ਮਤਲਬ ਪੇਪਰ 'ਚ ਵਾਹ ਵਾਹ ਹੋ ਜਾਣੀ ਹੈ। ਐਸਾ ਕੁਛ ਨਹੀਂ ਹੁੰਦਾ, ਉਹ ਇਲੌਜੀਕਲ ਜੇ ਫੰਡੇ ਹੁੰਦੇ ਹੈ ਚੈਨਲ ਨੂੰ ਪ੍ਰਮੋਟ ਕਰਨ ਦੇ ਲਈ, ਠੀਕ ਹੈ ਨਾ। ਸੋ ਆਰਾਮ ਨਾਲ ਬਣੇ ਰਹੋ, ਘਬਰਾਉਣ ਦੀ ਲੋੜ ਨਹੀਂ, ਇਨਸਕਿਓਰ ਫੀਲ ਕਰਨ ਦੀ ਲੋੜ ਨਹੀਂ। ਬਾਕੀ ਜੇ ਤੁਸੀਂ ਪੜ੍ਹਾਈ ਕਰ ਰਹੇ ਹੋ ਤਾਂ ਹੁਣ ਤੱਕ ਤੁਹਾਨੂੰ 11 ਕਲਾਸਾਂ ਤੋਂ ਮੇਰੇ ਹਿਸਾਬ ਨਾਲ ਪਤਾ ਲੱਗ ਗਿਆ ਹੋਊਗਾ ਵੀ ਕੌਨਫੀਡੈਂਸ ਤੋਂ ਪਤਾ ਲੱਗਦਾ ਬੱਚੇ ਨੂੰ ਆਪਦੇ ਮਟੀਰੀਅਲ ਦੇ, ਆਟੋਮੈਟਿਕ ਪੜ੍ਹ ਕੇ ਪਤਾ ਲੱਗ ਜਾਂਦਾ ਵੀ ਹਾਂ ਵੀ ਲੱਗਦਾ ਵੀ ਹੁਣ ਮੇਰੀ ਤਿਆਰੀ ਸਹੀ ਟਰੈਕ ਤੇ ਚੱਲ ਰਹੀ ਹੈ। ਬਾਕੀ ਫਿਰ ਜਿਨ੍ਹਾਂ ਨੇ ਸਿਲੈਕਸ਼ਨ ਵਾਲੀ ਤਿਆਰੀ ਕਰਨੀ ਹੈ ਉਹ ਤਾਂ ਆਲਰੇਡੀ ਫਿਰ ਆਪਣਾ ਕਰੀ ਵੀ ਜਾਂਦਾ, ਉਹਨੂੰ ਤਾਂ ਫਿਰ ਜ਼ਰੂਰਤ ਹੀ ਨਹੀਂ ਹੈਗਾ। ਜਿਹਨਾਂ ਨੇ ਹਜੇ ਤੱਕ ਨਹੀਂ ਸ਼ੁਰੂ ਕੀਤੀ ਸਿਲੈਕਸ਼ਨ ਵਾਲੀ ਤਿਆਰੀ ਕੀ ਹੁੰਦੀ ਹੈ, ਉਹ ਬੱਚਾ ਆਪਣਾ ਉਹਦੇ ਲਈ ਆਪਣਾ ਸਿਲੈਕਸ਼ਨ ਕਿੱਟ ਹੈ, ਠੀਕ ਹੈ ਨਾ। ਚਲੋ ਫਿਰ, ਇਹ ਆਪਣੀ ਐਪ ਹੈ ਰੁਪਿੰਦਰ ਸਿੱਧੂ ਅਕੈਡਮੀ, ਤੇ ਆ ਬੱਚੋ ਆਈਫੋਨ ਯੂਜ਼ਰਸ ਦੇ ਲਈ ਹੁੰਦਾ, ਐਪ ਸਟੋਰ ਤੇ ਜਾ ਕੇ ਆ ਸਰਚ ਕਰਨਾ ਹੁੰਦਾ ਆਪਾਂ ਕਲਾਸ ਪਲੱਸ, ਤੇ ਉਹ 5 ਅੱਖਰ ਦਾ ਆਪਾਂ ਕੋਡ ਫਿਲ ਕਰਨਾ ਹੁੰਦਾ, ਠੀਕ ਹੈ ਨਾ। ਚਲੋ ਫਿਰ, ਸੋ ਅੱਜ ਦੀ ਕਲਾਸ ਦਾ ਪਹਿਲਾ ਸਵਾਲ ਬੱਚੋ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਮੈਂ ਫਿਰ ਕਹਿ ਰਿਹਾ, ਜੇਕਰ ਤੁਸੀਂ ਆਪਣੀ ਸੀਰੀਜ਼ ਫੋਲੋ ਕਰ ਰਹੇ ਹੋ ਤਾਂ ਰੈਗੂਲਰ ਬੇਸ ਤੇ, ਡੇਲੀ ਬੇਸ ਤੇ ਲਗਾਤਾਰ ਕੁਐਸਚਨਸ ਨੂੰ ਫੋਲੋ ਕਰੋ। ਵੀ ਐਂ ਨਹੀਂ ਹੈਗਾ ਵੀ ਤੁਸੀਂ ਇੱਥੇ ਜੀ ਕਰਦਾ ਜਿਹੜਾ ਮਰਜ਼ੀ ਕੁਐਸਚਨ ਆਪਾਂ ਸੁਣੀ ਚੱਲੋ। ਹੁਣ ਪ੍ਰਾਈਮ ਮਿਨਿਸਟਰ ਹੈ, ਹੁਣ ਪ੍ਰਾਈਮ ਮਿਨਿਸਟਰ ਬੱਚਾ ਆਪਾਂ ਲਾਸਟ ਕਲਾਸ ਆਪਾਂ ਜਾਣ ਲੱਗੇ ਨੇ ਸ਼ੁਰੂ ਕਰ ਲਿਆ ਸੀਗਾ ਵੀ ਪ੍ਰਾਈਮ ਮਿਨਿਸਟਰ ਦੀ ਕੋਈ ਟਰਮ ਨਹੀਂ ਹੁੰਦੀ, ਜਾਂ ਪ੍ਰਾਈਮ ਮਿਨਿਸਟਰ ਤੇ ਕੌਂਸਲ ਆਫ ਮਿਨਿਸਟਰ ਨੂੰ ਸੌਂਹ ਕੌਣ ਚੁਕਾਉਂਦਾ, ਉਹਦਾ ਕਿਹੜਾ ਆਰਟੀਕਲ ਹੈ। ਅੱਜ ਆਪਾਂ ਕਹਾਣੀ ਅੱਗੇ ਵਧਾਉਣੀ ਹੈ। ਕਹਿੰਦੇ ਪ੍ਰਾਈਮ ਮਿਨਿਸਟਰ, ਕਹਿੰਦੇ ਮੰਨ ਲਓ ਮੈਂਬਰ ਹੈ ਲੋਕ ਸਭਾ ਦਾ, ਕਹਿੰਦੇ ਫਿਰ ਉਹ ਰਾਜ ਸਭਾ ਦੇ ਵਿੱਚ ਕੀ ਕਰ ਸਕਦਾ, ਇਹਦੇ 'ਚ ਦੇਖੋ ਮੜਾ ਵੀ ਕੀ ਕਰ ਸਕਦਾ। ਕਹਿੰਦੇ ਉਹ ਵੋਟ ਪਾ ਸਕਦਾ, ਇਹ ਤਾਂ ਮੈਂ ਪੜਾ ਪੜਾ ਕੇ ਥੱਕਿਆ ਪਿਆ ਤੇ ਅੱਕਿਆ ਪਿਆ ਵੀ ਜਿਹੜਾ ਬੰਦਾ ਮੈਂਬਰ ਜਿਹੜੇ ਹਾਊਸ ਦਾ ਹੋਊਗਾ ਭਰਾਵਾ, ਵੋਟ ਤਾਂ ਉੱਧਰ ਹੀ ਪਾਊਗਾ ਉਹ। ਹੁਣ ਆਪਾਂ ਆਪਦੇ ਆਪਣੇ ਘਰ ਦਾ ਮਸਲਾ ਹੈ ਵੀ ਆਪਾਂ ਫਲਾਨੀ ਗੱਡੀ ਲਿਆਉਣੀ ਹੈ ਜਾਂ ਫਲਾਨੀ ਚੀਜ਼ ਆਪਾਂ ਕਰਨੀ ਹੈ, ਤਾਂ ਵੋਟ ਆਪਣੇ ਘਰ ਦੀ ਪਾਉਣੀ, ਆਪਣੇ ਗਵਾਂਢੀ ਅੱਗੇ ਪਾਉਣਗੇ ਵੀ ਸਾਨੂੰ ਅਸੀਂ ਦੱਸ ਜਾਂ ਵੀ ਤੁਸੀਂ ਐਂ ਕਰੋ ਵਾਰੀ-ਵਾਰੀ ਨਾਲ ਨਾ ਤੁਸੀਂ ਕਰੋਲਾ ਲਿਆਓ, ਕੀ ਕਰਾਉਣਾ ਸਵਿਫਟ ਤੋਂ, ਸਮਝ ਗਏ ਮੇਰੀ ਗੱਲ। ਸੋ ਮੇਰੇ ਕਹਿਣ ਨਾਲ ਵੋਟ ਕੌਣ ਪਾਊਗਾ, ਵੋਟ ਤਾਂ ਘਰ ਦਾ ਮੈਂਬਰ ਹੀ ਪਾਊ, ਤੇ ਇਹ ਮੈਂਬਰ ਕਿਹਦਾ, ਲੋਕ ਸਭਾ ਦਾ, ਤੇ ਇਹ ਕਹਿੰਦੇ ਰਾਜ ਸਭਾ, ਰਾਜ ਸਭਾ ਵੋਟ ਕਿਵੇਂ ਪਾ ਦੂਗਾ, ਬੇਸ਼ੱਕ ਦੀ ਉਹ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਯਾਰ। ਮੈਂ ਕਹਿਣਾ ਬੇਸ਼ੱਕ ਦੀ ਪ੍ਰਧਾਨ ਮੰਤਰੀ ਦਾ ਪਿਓ ਆ ਜੇ, ਜਿਹੜਾ ਬੰਦਾ ਮੈਂਬਰ ਜਿਹੜੇ ਹਾਊਸ ਦਾ ਵੋਟ ਉੱਧਰ ਹੀ ਪਾਊਗਾ। ਇਹੀ ਸੇਮ ਚੀਜ਼ ਨੂੰ ਦੱਸਦਾ ਹੁੰਦਾ ਅਟਾਰਨੀ ਜਨਰਲ ਦੇ ਟਾਈਮ ਤੇ, ਯਾਦ ਕਰੋ ਅਟਾਰਨੀ ਜਨਰਲ ਆਪਾਂ ਕੀ ਪੜ੍ਹਦੇ ਹੁੰਦੇ ਹਾਂ, ਏ ਜੀ, ਇਹਨੂੰ ਬੱਚਾ ਆਪਾਂ ਸ਼ਾਰਟ ਚ ਕੀ ਬੋਲਦੇ ਹੁੰਦੇ ਹਾਂ, ਏ ਜੀ। ਤੇ ਏ ਜੀ ਦੀ ਪਾਵਰ ਕੀ ਹੈ, ਵੀ ਇਹ ਆਪਣੇ ਪਾਰਲੀਮੈਂਟ ਦੇ ਦੋਨੇ ਹਾਊਸਾਂ ਦੇ ਵਿੱਚ ਕਦੋਂ ਮਰਜ਼ੀ ਜਾ ਕੇ ਬੈਠ ਸਕਦਾ, ਆਪਦੇ ਕਦੋਂ ਮਰਜ਼ੀ ਪ੍ਰੋਸੀਡਿੰਗ 'ਚ ਪਾਰਟ ਲੈ ਸਕਦਾ, ਕਦੋਂ ਮਰਜ਼ੀ ਜਾ ਕੇ ਬੋਲ ਸਕਦਾ, ਬਟ ਕੀ ਇਹ ਵੋਟ ਪਾ ਸਕਦਾ, ਆਪਾਂ ਟਿਕ ਲਾਵਾਂਗੇ ਨਹੀਂ, ਕਿਉਂਕਿ ਜਦੋਂ ਮੈਂਬਰ ਹੀ ਨਹੀਂ, ਇਹ ਅਟਾਰਨੀ ਜਨਰਲ ਮੈਂਬਰ ਥੋੜ੍ਹੀ ਹੁੰਦਾ ਲੋਕ ਸਭਾ ਜਾਂ ਰਾਜ ਸਭਾ ਦਾ। ਬਸ ਇਹੀ ਚੀਜ਼ਾਂ ਆਪਾਂ ਯਾਦ ਰੱਖਣੀਆਂ ਹੁੰਦੀਆਂ, ਇੱਥੇ ਪ੍ਰਧਾਨ ਮੰਤਰੀ ਹੋਵੇ ਜੋ ਮਰਜ਼ੀ ਹੋਵੇ। ਆਹ ਤੁਹਾਨੂੰ ਮੈਂ ਆਲਰੇਡੀ ਦੱਸ ਹੀ ਦਿੱਤਾ, ਪ੍ਰਧਾਨ ਮੰਤਰੀ ਹੈ, ਦੂਜੇ ਹਾਊਸ ਜਾ ਕੇ ਬੋਲ ਸਕਦਾ, ਪਾਰਟ ਵੀ ਲੈ ਸਕਦਾ, ਕਿਉਂਕਿ ਸਰਕਾਰ ਨੇ ਆਪਦਾ ਜਵਾਬ ਵੀ ਦੇਣਾ, ਵਿਰੋਧੀ ਧਿਰ ਸਰਕਾਰ ਨੂੰ ਸਵਾਲ ਜਵਾਬ ਕਰਦਾ, ਤਾਂ ਵਿਰੋਧੀ ਧਿਰ ਆਪ ਡਿਮਾਂਡ ਕਰਦਾ ਵੀ ਜਿਹੜੀ ਪ੍ਰਧਾਨ ਮੰਤਰੀ ਆਵੇ ਉਹ ਜਵਾਬ ਦੇਵੇ ਯਾਰ, ਸਮਝ ਗਏ ਮੇਰੀ ਗੱਲ। ਸੋ ਇਹ ਤਾਂ ਚੀਜ਼ਾਂ ਨੋਰਮਲ ਹੈ, ਬਟ ਯਾਦ ਰੱਖਣਾ ਵੋਟ ਉਹੀ ਪਾਊਗਾ ਬੰਦਾ ਜਿਹੜੇ ਹਾਊਸ ਦਾ ਮੈਂਬਰ ਹੈ। ਸੋ ਆਹ ਦੋਨੇ ਵਿੱਚੋਂ ਬਿਲਕੁਲ ਕੀ ਹੈ, ਸਹੀ ਹੈ।
ਆਂਸਰ ਆਪਣਾ ਆ ਗਿਆ ਸੀ 2 ਐਂਡ 3। ਚਲੋ ਜੀ, ਕਹਿੰਦੇ ਮੰਡੇਟਰੀ ਐਂਸਰ ਫੋਰ ਦਾ ਪ੍ਰੈਜ਼ੀਡੈਂਟ ਕੈਨ ਨਾਟ ਐਕਸੈਸ। ਹਾਂ, ਬਹੁਤ ਬੱਚੇ ਕਹਿੰਦੇ ਸਰ ਜੀ ਤੁਸੀਂ ਅੰਗਰੇਜ਼ੀ ਕੁਐਸਚਨ ਪੜ੍ਹਦੇ ਹੋ, ਸਾਡਾ ਧਿਆਨ ਪੰਜਾਬੀ ਵੱਲ ਹੁੰਦਾ, ਤੁਸੀਂ ਆਪਦਾ ਪੰਜਾਬੀ ਵਾਲਾ ਕੰਮ ਪੜ੍ਹ ਲਿਆ ਕਰੋ, ਮੈਂ ਆਪਦਾ ਅੰਗਰੇਜ਼ੀ ਵਾਲਾ ਪੜ੍ਹ ਲਿਆ ਕਰੂੰਗਾ। ਦੂਜੀ ਗੱਲ, ਟਰਾਂਸਲੇਸ਼ਨ ਮੈਂ ਕਰ ਹੀ ਦਿੰਦਾ। ਹੁਣ ਆਹ ਸਵਾਲ ਕੀ ਹੈ, ਤੁਸੀਂ ਪੜ੍ਹ ਲਿਆ, ਤੁਹਾਨੂੰ ਮੈਂ ਸਮਝਾ ਦਿੰਦਾ। ਮੈਂ ਜਦੋਂ ਆਪਾਂ ਬੱਚੋ ਪਾਰਟ ਪੰਜਵਾਂ ਸ਼ੁਰੂ ਕਰਦੇ ਹੁੰਦੇ ਹਾਂ, ਇੱਕ ਪਾਸੇ ਮੈਂ ਹਮੇਸ਼ਾ ਕੀ ਲਿਖਦਾ ਹੁੰਦਾ, ਪੜ੍ਹਨ ਤੋਂ ਪਹਿਲਾਂ ਪ੍ਰੈਜ਼ੀਡੈਂਟ, ਦੂਜੇ ਪਾਸੇ ਮੈਂ ਲਿਖਦਾ ਹੁੰਦਾ ਪ੍ਰਾਈਮ ਮਿਨਿਸਟਰ। ਅਤੇ ਤੁਹਾਨੂੰ ਮੈਂ ਇੱਥੇ ਦੋ ਪੋਲੀਟੀਕਲ ਵਰਡ ਲਿਖਾਉਣਾ ਹੁੰਦਾ, ਪੂਰੇ ਖਤਰਨਾਕ ਵਾਲੇ, ਜਿਹੜਾ ਪੇਪਰ ਜਿੱਦੇ ਪੁੱਛਿਆ ਸਿਰਫ ਤੁਹਾਨੂੰ ਆਉਂਦੇ ਹੋਣਗੇ, ਹੋਰ ਕੋਈ ਨਹੀਂ ਪੜ੍ਹਦਾ ਉਹਨਾਂ ਅੱਖਰਾਂ ਨੂੰ। ਪ੍ਰੈਜ਼ੀਡੈਂਟ ਨੂੰ ਬੱਚਾ ਆਪਾਂ ਹਮੇਸ਼ਾ ਕੀ ਬੋਲਦੇ ਹੁੰਦੇ ਹਾਂ, ਡੀ ਜਰੇ, ਡੀ ਜਰੇ। ਅਤੇ ਪ੍ਰਾਈਮ ਮਿਨਿਸਟਰ ਨੂੰ ਆਪਾਂ ਕਹਿੰਦੇ ਹੁੰਦੇ ਡੀ ਫੈਕਟੋ, ਡੀ ਫੈਕਟੋ ਦਾ ਮਤਲਬ ਮੈਂ ਤੁਹਾਨੂੰ ਕੀ ਸਮਝਾਉਣਾ ਹੁੰਦਾ, ਜਿਹੜਾ ਬੰਦਾ ਅਸਲੀ ਫੱਟੇ ਚੱਕਦਾ ਹੈ। ਅਤੇ ਅਸਲੀ ਫੱਟੇ ਕੌਣ ਚੱਕਦਾ ਹੈ? ਪ੍ਰਧਾਨ ਮੰਤਰੀ। ਅਤੇ ਜਿਹੜੇ ਬੰਦੇ ਕੋਲ ਅਸਲੀ ਪਾਵਰ ਹੁੰਦੀ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ? ਡੀ ਫੈਕਟੋ। ਅਤੇ ਜਿਹੜਾ ਬੰਦਾ ਕਿਸੇ ਦੇ ਇਸ਼ਾਰੇ 'ਤੇ ਕੰਮ ਕਰਦਾ ਹੈ, ਜਿਹੜੇ ਬੰਦੇ ਕੋਲ ਅਸਲੀ ਪਾਵਰ ਨਹੀਂ ਹੁੰਦੀ ਉਹਨੂੰ ਆਪਾਂ ਕੀ ਬੋਲਦੇ ਹਾਂ? ਡੀ ਜੁਰੇ। ਹੁਣ ਆਹ ਸਵਾਲ ਦੀ ਜਾਨ ਇਹੀ ਹੈ। ਫਿਰ ਕਹਿੰਦੇ ਰਾਸ਼ਟਰਪਤੀ ਕਿਹਦੇ ਕਹਿਣ 'ਤੇ ਕੰਮ ਕਰਦਾ? ਰਾਸ਼ਟਰਪਤੀ ਬੱਚੋ ਏਡ ਐਂਡ ਐਡਵਾਈਸ ਕਿਹਦੀ ਲੈਂਦਾ? ਕੌਂਸਲ ਆਫ ਮਿਨਿਸਟਰ, ਮੰਤਰੀ ਮੰਡਲ ਦੇ ਕਹਿਣ 'ਤੇ ਕੰਮ ਕਰਦਾ। ਅਤੇ ਮੰਤਰੀ ਮੰਡਲ ਦਾ ਬੱਚੋ ਹੈੱਡ ਕੌਣ ਹੁੰਦਾ? ਜੇ ਤੁਹਾਨੂੰ ਕਿਸੇ ਨੇ ਪੁੱਛਿਆ ਵੀ ਮੰਤਰੀ ਮੰਡਲ ਦਾ ਹੈੱਡ ਕੌਣ ਹੁੰਦਾ, ਤਾਂ ਆਪਾਂ ਟਿਕ ਲਾਵਾਂਗੇ ਪ੍ਰਧਾਨ ਮੰਤਰੀ। ਸੋ ਇੱਧਰਲਾ ਬੰਦਾ ਕਿਹਦੇ ਇਸ਼ਾਰੇ 'ਤੇ ਕੰਮ ਕਰਦਾ? ਇਹਨਾਂ ਦੇ ਇਸ਼ਾਰੇ 'ਤੇ, ਇਹਨਾਂ ਦੇ ਮਤਲਬ ਪੀ ਐੱਮ ਅਤੇ ਕੌਂਸਲ ਆਫ ਮਿਨਿਸਟਰ। ਕਹਿੰਦੇ ਫਿਰ ਦੱਸ ਦਿਓ ਕਿਹੜੇ ਆਰਟੀਕਲ 'ਚ ਲਿਖਿਆ? ਤੁਹਾਨੂੰ ਮੈਂ ਪਿਛਲੇ ਕਲਾਸਾਂ 'ਚ ਆਰਟੀਕਲ ਨੰਬਰ 75 ਵੀ ਪੜ੍ਹਾਇਆ ਆ, ਆਰਟੀਕਲ ਨੰਬਰ 76 ਤੁਹਾਨੂੰ ਪਤਾ ਹੀ ਹੈ, ਅਟੋਰਨੀ ਜਨਰਲ ਹੈ, ਹਜੇ ਪੜ੍ਹਾਇਆ ਨਹੀਂ, ਵੈਸੇ ਤੁਹਾਨੂੰ ਪਤਾ ਹੈ। ਇੱਥੇ ਬੱਚੋ ਜਵਾਬ ਆਪਣਾ ਆਰਟੀਕਲ ਨੰਬਰ 74 ਹੈ। ਸੋ ਇਹ ਵਧੀਆ ਇੰਪੋਰਟੈਂਟ ਨਵਾਂ ਆਰਟੀਕਲ ਯਾਦ ਕਰ ਲਿਓ, ਇਹ ਚੀਜ਼ ਆਰਟੀਕਲ ਨੰਬਰ 74 ਚ ਲਿਖੀ ਵੀ ਹੈ ਵੀ ਪ੍ਰੈਜ਼ੀਡੈਂਟ ਬੱਚੋ ਵਿਦ ਏਡ ਐਂਡ ਐਡਵਾਈਸ ਕੰਮ ਕਰਦਾ ਆਫ ਕੌਂਸਲ ਆਫ ਮਿਨਿਸਟਰ। ਆਪਦੀ ਮਰਜ਼ੀ ਨਾਲ ਨਹੀਂ ਕੁਛ ਕਰ ਸਕਦਾ। ਦੇਖੋ, ਪ੍ਰੈਜ਼ੀਡੈਂਟ ਕੈਨ ਨਾਟ ਐਕਸਰਸਾਈਜ਼ ਦੀ ਐਗਜ਼ੀਕਿਊਟਿਵ ਪਾਵਰ। ਆਪ ਕੋਈ ਫੈਸਲਾ ਨਹੀਂ ਲੈ ਸਕਦਾ, ਵਿੱਚ ਬੈਠਾ ਕੇ ਮੰਤਰੀ ਮੰਡਲ ਅਤੇ ਮੋਦੀ ਸਾਹਿਬ ਨੂੰ, ਪ੍ਰਧਾਨ ਮੰਤਰੀ ਨੂੰ, ਤਾਂ ਕੋਈ ਫੈਸਲਾ ਲਿਆ ਜਾਊਗਾ। ਇਹ ਆਰਟੀਕਲ ਨੰਬਰ ਕਿਹੜਾ? 74। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਲਓ ਵੀ ਆਪਾਂ ਕੋਸ਼ਿਸ਼ ਕਰਾਂਗੇ ਪਾਰਲੀਮੈਂਟ ਦੀ, ਬਸ ਆਪਾਂ ਇੱਕ ਕਲਾਸ ਹੋਰ ਰੱਖਾਂਗੇ, ਬਸ ਆਪਣੇ 40-50 ਸਵਾਲਾਂ ਸਾਰੀ ਪਾਰਲੀਮੈਂਟ ਆਪਾਂ ਖੋਲ੍ਹ ਕੇ ਰੱਖ ਦਾਂਗੇ, ਠੀਕ ਹੈ ਨਾ। ਹੁਣ ਆਹ ਸਵਾਲ ਉਦੋਂ ਵੀ ਖਤਰਨਾਕ ਹੈ, ਇਹ ਸਵਾਲ ਮੈਂ ਕਹਿੰਦਾ ਜਿਹੜੇ ਬੰਦੇ ਨੂੰ ਪ੍ਰੋਪਰ ਨੌਲੇਜ ਹੈ ਨਾ ਉਹੀ ਅਟੈਂਪਟ ਕਰ ਸਕਦਾ, ਤੁਸੀਂ ਅਟੈਂਪਟ ਕਰ ਲਓ ਵੀਡੀਓ ਪੌਜ਼ ਕਰਕੇ। ਕਹਿੰਦੇ ਵਿਦ ਰੈਫਰੈਂਸ ਟੂ ਦ ਰਾਜਯ ਸਭਾ, ਤੁਹਾਨੂੰ ਪਤਾ ਬੱਚੋ ਰਾਜਯ ਸਭਾ ਦੀ ਆਪਦੀ ਕੋਈ ਟਰਮ ਨਹੀਂ ਹੁੰਦੀ, ਜਿਵੇਂ ਲੋਕ ਸਭਾ ਦੀ ਬੱਚੋ ਆਪਦੀ ਕੀ ਹੁੰਦੀ ਹੈ? ਟਰਮ ਹੁੰਦੀ ਹੈ, ਕਾਰਜਕਾਲ ਹੁੰਦਾ 5 ਸਾਲ। 5 ਸਾਲਾਂ ਬਾਅਦ ਲੋਕ ਸਭਾ ਨੇ ਬੱਚੋ ਕੀ ਹੋ ਜਾਣਾ? ਭੰਗ ਹੋ ਜਾਣਾ। ਭੰਗ ਦਾ ਮਤਲਬ ਕੀ ਹੁੰਦਾ? ਡਿਸੋਲਵ ਹੋ ਜਾਣਾ। ਜਿਵੇਂ ਅੱਜ ਕਿੰਨੀਵੀਂ ਲੋਕ ਸਭਾ ਚੱਲ ਰਹੀ ਹੈ ਆਪਣੀ? 18ਵੀਂ ਨਵੀਂ ਲੋਕ ਸਭਾ ਚੱਲ ਰਹੀ ਹੈ। ਕਹਿੰਦੇ ਰਾਜਯ ਸਭਾ ਹੁੰਦੀ ਹੈ, ਰਾਜਯ ਸਭਾ ਕਿੰਨੀਵੀਂ ਚੱਲ ਰਹੀ ਹੈ? ਤਾਂ ਆਪਾਂ ਟਿੱਕ ਲਾਵਾਂਗੇ ਰਾਜਯ ਸਭਾ ਵਿੱਚੋਂ ਪਹਿਲੀ ਚੱਲ ਰਹੀ ਹੈ, ਕਿਉਂਕਿ ਰਾਜਯ ਸਭਾ ਕਦੇ ਵੀ ਭੰਗ ਨਹੀਂ ਹੋਈ, ਰਾਜਯ ਸਭਾ ਕਦੇ ਵੀ ਭੰਗ ਨਹੀਂ ਹੁੰਦੀ। ਇੱਥੇ ਫਰਕ ਕੀ ਹੈ? ਹੁਣ ਜਿਹੜੇ ਰਾਜਯ ਸਭਾ ਦੇ ਬੰਦੇ ਮੈਂਬਰ ਬਣਦੇ ਹੈ, ਮੈਂਬਰ ਆਫ ਪਾਰਲੀਮੈਂਟ ਹੀ ਬੋਲਦੇ ਹਾਂ ਆਪਾਂ, ਕਿਉਂਕਿ ਪਾਰਲੀਮੈਂਟ ਆਪਾਂ ਦੋਨੇ ਹਾਊਸਾਂ ਨੂੰ ਹੀ ਬੋਲਦੇ ਹਾਂ, ਇੰਨਾ ਤਾਂ ਮੰਨ ਕੇ ਚੱਲਦਾ ਵੀ ਇੰਨੇ ਫੰਡੇ ਮਾੜੇ ਮੋਟੇ ਕਲੀਅਰ ਕਰ ਲਏ ਹੋਣਗੇ। ਜਿਹੜਾ ਬੰਦਾ ਰਾਜਯ ਸਭਾ ਦਾ ਮੈਂਬਰ ਬਣਦਾ ਬੱਚੋ, ਉਹਦੀ ਟਰਮ ਕਿੰਨੀ ਹੁੰਦੀ ਹੈ? ਤਾਂ ਆਪਾਂ ਟਿੱਕ ਲਾਵਾਂਗੇ 6 ਸਾਲ। ਆਹ ਨਾ ਭੁੱਲਿਓ, ਰਾਜਯ ਸਭਾ ਦੇ ਮੈਂਬਰ ਦੀ ਟਰਮ ਹੁੰਦੀ ਹੈ 6 ਸਾਲ, ਸਮਝ ਗਏ? ਜਿਵੇਂ ਲੋਕ ਸਭਾ ਦੇ ਮੈਂਬਰ ਦੀ ਟਰਮ ਕਿੰਨੀ ਹੁੰਦੀ ਹੈ?
ਪੰਜ ਸਾਲ। ਮੈਂ ਇੱਥੇ ਰਾਜ ਸਭਾ ਦੇ ਟਰਮ ਨਹੀਂ ਕਿਹਾ, ਰਾਜ ਸਭਾ ਦੇ ਮੈਂਬਰ ਦੀ ਟਰਮ ਕਿਹਾ। ਹੁਣ ਪੜ੍ਹ ਲਓ ਪਹਿਲੀ ਸਟੇਟਮੈਂਟ, ਕਹਿੰਦੇ ਸੰਵਿਧਾਨ ਨੇ ਨਾ ਫਿਕਸ ਕੀਤੀ ਹੋਈ ਹੈ ਟਰਮ ਆਫ ਦੀ ਆਫਿਸ ਆਫ ਦੀ ਮੈਂਬਰ ਆਫ ਦੀ ਰਾਜ ਸਭਾ। ਹੁਣ ਬੱਚਾ ਸੋਚੂਗਾ ਯਾਰ ਹਾਂ ਪੜ੍ਹਦੇ ਤਾਂ ਹੁੰਦੇ ਹੈ ਵੀ ਟਰਮ ਆਫ ਦੀ ਮੈਂਬਰ 6 ਸਾਲ ਹੈ, ਵੀ ਪੜ੍ਹਦੇ ਹੀ ਪੋਲੀਟੀ 'ਚ ਹੁੰਦੇ ਹੈ ਅਤੇ ਪੋਲੀਟੀ 'ਚ ਆਪਾਂ ਸੰਵਿਧਾਨ ਤਾਂ ਪੜ੍ਹੇ, ਹੋਰ ਉੱਥੇ ਫਰੀਡਮ ਸਟਰਗਲ ਪੜ੍ਹੇ। ਪਰ ਫਿਰ ਵੀ ਗਲਤ ਹੈ, ਕਿਉਂਕਿ ਬੱਚੋ ਇਸ ਸੰਵਿਧਾਨ ਦੇ ਵਿੱਚ ਨਹੀਂ ਦਿੱਤਾ ਹੋਇਆ। ਯਾਦ ਕਰੋ ਮੈਂ ਤੁਹਾਨੂੰ ਪਿਛਲੀ ਕਲਾਸ 'ਚ ਵੀ ਕਿਹਾ ਸੀ ਵੀ ਇੱਕ ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ ਬੜਾ ਅੱਗੇ ਪੜ੍ਹਾਊਂਗਾ, ਅੱਜ ਫਿਰ ਪਹਿਲੀਆਂ 'ਚ ਹੀ ਆ ਗਿਆ। ਇਹ ਬੱਚੋ ਕਿੱਥੇ ਦਿੱਤਾ ਹੋਇਆ ਤਾਂ ਆਪਾਂ ਟਿੱਕ ਲਾਵਾਂਗੇ। ਇੱਕ ਵਾਰੀ ਪੂਰਾ ਲਿਖ ਦਿੰਦਾ ਮੈਂ, ਕੱਲ੍ਹ ਹੀ ਮੈਂ ਫੁੱਲ ਫਾਰਮ ਲਿਖਤੀ ਸੀਗੀ, ਫਿਰ ਮੈਂ ਤੁਸੀਂ ਮੱਥੇ 'ਚ ਇਕੱਠੇ ਕਰ ਲੈਂਦੇ ਹੋ। ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ, ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ 1951 ਦੇ ਅਕੋਰਡਿੰਗ ਹੈ ਜਿਹੜੇ ਟਰਮ ਆਫ ਦੀ ਮੈਂਬਰ ਹੈ। ਫਿਰ ਕਹਿੰਦੇ ਪ੍ਰੈਜੀਡੈਂਟ ਕੋਲ ਪਾਵਰ ਆ ਰਹੀ ਇਕੱਲਾ ਵੀ ਉਹ ਡਿਸੋਲਵ ਕਦੋਂ ਵੀ ਕਰ ਸਕਦਾ ਰਾਜ ਸਭਾ ਨੂੰ। ਆਹ ਥੱਲੇ ਮੈਂ ਕਿਹੜਾ ਫਾਰਸੀ ਬੋਲ ਕੇ ਆਏ ਪ੍ਰੈਜੀਡੈਂਟ ਦਾ, ਮੈਂ ਕਹਿੰਦਾ ਫਾਦਰ ਵੀ ਨਹੀਂ ਕਰ ਸਕਦਾ ਰਾਜ ਸਭਾ, ਬੱਚੋ ਕਦੇ ਵੀ ਡਿਸੋਲਵ ਨਹੀਂ ਹੁੰਦੀ। ਇਹ ਵੀ ਕੰਮ ਨਿਬੜ ਗਿਆ। ਕਹਿੰਦੇ 1/3 ਮੈਂਬਰ ਰਿਟਾਇਰ ਹੁੰਦੇ ਆ 2 ਸਾਲਾਂ ਬਾਅਦ, ਇਹ ਤਾਂ ਸਾਨੂੰ ਆਰਟੀਕਲ ਨੰਬਰ 83 ਆਰਟੀਕਲ ਨੰਬਰ 84 ਇਹ ਤਾਂ ਪਿਛਲੀਆਂ ਕਲਾਸਾਂ, ਮੈਂ ਕਹਿੰਦਾ 10ਵੀਂ ਕਲਾਸ 'ਚ ਪੜ੍ਹ ਲਿਆ ਸੀ ਆਪਾਂ, ਸੁਖਣਾ ਅੱਜ ਤਾਂ 12ਵੀਂ ਹੈ ਅਤੇ ਆਹ ਸਟੇਟਮੈਂਟ ਫਿਰ ਆਪਣੀ ਹੋ ਗਈ ਸਹੀ। ਅਤੇ ਆਪਾਂ ਨੂੰ ਪੁੱਛਿਆ ਕੀ ਹੈ, ਬਸ ਸਿੱਧਾ ਪੁੱਛਿਆ ਵੀ ਕਰੈਕਟ ਦੱਸ ਦਿਓ ਅਤੇ ਮੇਰੇ ਹਿਸਾਬ ਨਾਲ ਤੁਸੀਂ ਦੱਸ ਹੀ ਦਿਓਗੇ। ਹੁਣ ਤਾਂ ਜਵਾਬ ਮਿਲ ਗਿਆ ਬੀ, ਅਤੇ ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ ਆਪਾਂ ਕੱਲ੍ਹ ਵੀ ਪੜ੍ਹਿਆ ਸੀ, ਅੱਗੇ ਬੜਾ ਪੜ੍ਹਾਂਗੇ, ਇਲੈਕਸ਼ਨਸ ਦੇ ਟਾਈਮ 'ਤੇ ਵੀ ਬਹੁਤ ਪੜ੍ਹਾਂਗੇ, ਸਮਝ ਗਏ। ਚਲੋ ਫਿਰ ਅਗਲਾ ਸਵਾਲ ਆਪਾਂ ਦੇਖਦੇ ਹਾਂ। ਕਹਿੰਦੇ ਵੀ ਡਬਲ ਮੈਂਬਰਸ਼ਿਪ, ਆਹ ਬੱਚਿਆਂ ਦੀ ਡਿਮਾਂਡ ਬੜੀ ਹੈ ਮੈਨੂੰ ਇਸ ਸਵਾਲ ਦੀ, ਅਤੇ ਮੈਂ ਸੋਚਿਆ ਵੀ ਆਪਾਂ ਸਾਰੇ ਪੰਜਾਬ ਦੇ ਬੱਚਿਆਂ ਨੂੰ ਕਰਵਾ ਦਿੰਦੇ ਹਾਂ ਓਪਨਲੀ ਵਧੀਆ ਤਰੀਕੇ ਨਾਲ ਡਬਲ ਮੈਂਬਰਸ਼ਿਪ। ਡਬਲ ਮੈਂਬਰਸ਼ਿਪ ਦੇ ਸਵਾਲ 2 ਤਰੀਕੇ ਨਾਲ ਬਣ ਸਕਦੇ ਆ, ਇੱਕ ਤਾਂ ਪਹਿਲਾਂ ਆਹ ਸੋਲਵ ਕਰਦੇ ਹਾਂ ਆਪਾਂ। ਕਹਿੰਦੇ ਮੰਨ ਲਓ ਕੋਈ ਪਰਸਨ ਹੈ, ਉਹ ਕਹਿੰਦੇ ਕੈਨ ਨੋਟ ਬੀ ਮੈਂਬਰ ਆਫ ਬੋਥ, ਇਹ ਤਾਂ ਜਮਾਂ ਸਹੀ ਹੈ ਯਾਰ, ਵੀ ਬੰਦਾ ਤਾਂ ਇੱਕ ਹੈ, ਹੁਣ ਇੱਕ ਬੰਦਾ ਦੋਨੇ ਹਾਊਸਾਂ ਦਾ ਮੈਂਬਰ ਕਿਵੇਂ ਬਣ ਜੂਗਾ, ਵੀ ਨਾਲੇ ਰਾਜ ਸਭਾ ਦਾ ਨਾਲੇ ਲੋਕ ਸਭਾ ਦਾ। ਉਹ ਰੱਬ ਲੱਗ ਦੀ ਗੱਲ ਕਰ ਲਓ, ਹੁਣ ਵੱਢ ਕੇ ਬਿਠਾਵਾਂਗੇ ਉਹਨੂੰ ਆਪਾਂ, ਵੀ ਬੰਦਾ ਧੜ ਤੋਂ ਤਾਂ ਅੱਧਾ ਤਾਂ ਲੋਕ ਸਭਾ 'ਚ ਬੈਠਾ, ਉਦੋਂ ਥੱਲੇ ਬੰਦਾ ਰਾਜ ਸਭਾ 'ਚ ਬੈਠਾ, ਉਹ ਬੰਦਾ ਮੈਂਬਰ ਤਾਂ ਇੱਕ ਹਾਊਸ ਦੀ ਹੋਊ ਇੱਕ ਸਮੇਂ 'ਤੇ, ਇਹ ਤਾਂ ਜਮੀ ਜਾਲੀ ਸਟੇਟਮੈਂਟ ਹੈ, ਆਹ ਕੰਮ ਵਾਲੀ ਹੈ। ਕਹਿੰਦੇ ਮੰਨ ਲਓ ਪਰਸਨ ਇਲੈਕਟ ਹੋ ਗਿਆ ਦੋਨੇ ਹਾਊਸਾਂ 'ਚ, ਇਹ ਤਾਂ ਉਵੇਂ ਹੋਊਗਾ ਯਾਰ, ਜਿਹੜਾ ਬੰਦਾ ਮੰਨ ਲਓ ਰਾਜ ਸਭਾ ਦਾ ਮੈਂਬਰ ਸੀਗਾ ਬਟ ਉਹ ਲੋਕ ਸਭਾ ਦੀਆਂ ਵੋਟਾਂ 'ਚ ਖੜਾ ਹੋ ਗਿਆ ਅਤੇ ਜਿੱਤ ਵੀ ਗਿਆ, ਸੋ ਇਹਦਾ ਮੈਂਬਰ ਵੀ ਹੈ, ਹੁਣ ਇਹਦਾ ਮੈਂਬਰ ਵੀ ਬਣ ਗਿਆ, ਇਹ ਉਹ ਸਟੇਟਮੈਂਟ ਆ ਹੋਣਾ। ਕਹਿੰਦੇ ਇਫ ਅ ਪਰਸਨ ਇਸ ਇਲੈਕਟਡ ਟੂ ਦੀ ਬੋਥ ਹਾਊਸ ਆਫ ਪਾਰਲੀਮੈਂਟ, ਕਹਿੰਦੇ ਹੀ ਮਸਟ ਇੰਟੀਮੇਟ, ਇਹ ਕਹਿੰਦੇ ਉਹਦੇ ਕੋਲ 10 ਦਿਨ ਹੈ, ਕਹਿੰਦੇ ਉਹਦੇ ਕੋਲ 10 ਦਿਨ ਹੈ, ਵੀ 10 ਦਿਨਾਂ ਅੰਦਰ ਅੜੀ ਆਪਦਾ ਕਹਿੰਦੇ ਫੈਸਲਾ ਲੈ ਲਾ ਵੀ ਤੂੰ ਕਿਹੜੇ ਹਾਊਸ ਦਾ ਮੈਂਬਰ ਬਣਨਾ ਚਾਹੁੰਦਾ, ਕਿਉਂਕਿ ਆਪਾਂ ਉੱਥੇ ਕੀ ਪੜ੍ਹ ਕੇ ਆਏ ਹੈ ਵੀ ਇੱਕ ਵਾਰ 'ਚ ਇੱਕੋ ਹਾਊਸ ਦਾ ਮੈਂਬਰ ਬਣ ਸਕਦੇ ਹੋ। ਆਹ ਪੁਆਇੰਟ ਜਮਾਂ ਸਹੀ ਹੈ, ਜਮਾਂ ਸਹੀ ਹੈ। ਇੱਥੇ ਬਾਹਲੇ ਸੋਚਦੇ ਹੋ ਸਰ 14 ਦਿਨ ਆਊਗਾ, ਉਹ ਮੈਂ ਦੱਸਦਾ 14 ਦਿਨ ਕਿੱਥੇ ਆਊਗਾ, ਡਬਲ ਮੈਂਬਰਸ਼ਿਪ 2 ਤਰੀਕੇ ਦੀ ਹੁੰਦੀ ਹੈ। ਕਹਿੰਦੇ ਮੰਨ ਲਓ ਉਹ ਮੈਂਬਰ ਇੰਨਾ ਉਲਝ ਗਿਆ, ਉਹ ਤੋਂ 10 ਦਿਨਾਂ 'ਚ ਫੈਸਲਾ ਲਿਆ ਹੀ ਨਹੀਂ ਗਿਆ ਵੀ ਮੈਂ ਮੈਂਬਰ ਇਹਦਾ ਬਣਾ ਕਿ ਇਹਦਾ ਬਣਾ। ਵੈਸੇ ਆਪਾਂ ਨੂੰ ਪਤਾ ਹੀ ਹੈ ਪਾਪੂਲਰ ਹਾਊਸ ਬੱਚੋ ਕਿਹੜਾ, ਲੋਕ ਸਭਾ। ਤਾਂ ਹੁਣ ਸਮਝ ਲਓ ਅਗਲਾ ਸਵਾਲ ਕਿਹੜਾ, ਕਹਿੰਦੇ ਮੰਨ ਲਓ ਫੈਸਲਾ ਨਹੀਂ ਲਿਆ ਬਾਏ ਡਿਫਾਲਟ ਹੀ, ਮਤਲਬ ਕੀ ਹੈ ਉਹਦੀ ਸੀਟ ਕਹਿੰਦੇ ਫਿਰ ਲੋਕ ਸਭਾ ਵਾਲੀ ਕਹਿੰਦੇ ਖਾਲੀ ਮੰਨ ਲਈ ਜਾਊਗੀ, ਇੱਥੇ ਗੜਬੜੀ ਹੋ ਗਈ, ਇਹ ਗਲਤ ਹੈ। ਜੇਕਰ ਉਹ ਮੈਂਬਰ 10 ਦਿਨਾਂ ਦੇ ਅੰਦਰ ਫੈਸਲਾ ਨਹੀਂ ਲਵੇਗਾ ਤਾਂ ਬੱਚੋ ਉਹਦੀ ਰਾਜ ਸਭਾ ਦੀ ਸੀਟ ਖਾਲੀ ਮੰਨੀ ਜਾਊਗੀ, ਬਿਕੋਜ਼ ਲੋਕ ਸਭਾ ਤਾਂ ਪਾਪੂਲਰ ਹਾਊਸ ਹੈ। ਸੋ ਇਹ ਸਵਾਲ ਰੱਖਿਓ ਯਾਦ।
ਚਲੋ ਇਹਦਾ ਆਪਾਂ ਕਰ ਲਿਆ ਸੋਲਵ, ਇਹਦਾ ਜਵਾਬ ਆਊਗਾ ਆਪਣਾ ਏਕਾ ਅਤੇ ਦੂਕਾ, ਆਂਸਰ ਆਪਣਾ ਆ ਗਿਆ ਬੀ। ਹੁਣ ਡਬਲ ਮੈਂਬਰਸ਼ਿਪ ਇੱਕ ਹੋਰ ਕਿਹੜੀ ਹੁੰਦੀ ਹੈ ਉਹ ਧਿਆਨ ਨਾਲ ਸੁਣ ਲਓ। ਵੀ ਮੰਨ ਲਓ ਬੰਦਾ ਐੱਮ ਐੱਲ ਏ ਹੈ, ਮੰਨ ਲਓ ਬੰਦਾ ਸਿਟਿੰਗ ਐੱਮ ਐੱਲ ਏ ਹੈ, ਉਹਨੇ ਐੱਮ ਪੀ ਦੀ ਚੋਣ, ਜਿਵੇਂ ਮੀਤ ਹੇਅਰ ਹੈ ਐੱਮ ਪੀ ਦੀ ਚੋਣ 'ਚ ਖੜਾ ਹੋ ਗਿਆ ਅਤੇ ਐੱਮ ਪੀ ਵੀ ਬਣ ਗਿਆ ਅਤੇ ਐੱਮ ਐੱਲ ਏ ਪਹਿਲਾਂ ਉਹ ਬੰਦਾ ਸੀਗਾ। ਹੁਣ ਇਹਨੇ ਵੀ ਬੰਦਾ ਮੈਂਬਰ ਤਾਂ ਇੱਕ ਹਾਊਸ ਦੀ ਹੋ ਸਕਦਾ, ਇਹਦੇ ਕੋਲ ਬੱਚੋ 14 ਦਿਨ ਹੋਣਗੇ, ਉਹ ਇਸ ਕੇਸ 14 ਦਿਨ ਹੁੰਦੇ ਹੈ। ਆਹ ਕਿਸੇ ਨੇ ਨਹੀਂ ਦੱਸਣਾ 10 ਦਿਨ, ਇਸ ਨੂੰ ਆਪਾਂ ਦੱਸੀਏ, ਸਾਰੇ ਆਹੀ ਪੜ੍ਹਾਈ ਜਾਂਦੇ ਆ। ਆਹ ਐਗਜ਼ਾਮਪਲ ਅੱਡ ਯਾਦ ਰੱਖਿਓ, ਇਹ ਇਕੱਲੀ ਪਾਰਲੀਮੈਂਟ ਦੇ ਸੰਬੰਧਿਤ ਹੈ। ਇੱਥੇ ਬੰਦੇ ਕੋਲ 14 ਦਿਨ ਹੋਣਗੇ, ਵੀ 14 ਦਿਨਾਂ ਅੰਦਰੋਂ ਨੇ ਇੱਕ ਹਾਊਸ ਦੇ ਵਿੱਚ ਆਪਦੀ ਕੀ ਹੈ ਮੈਂਬਰਸ਼ਿਪ ਰੱਖਣੀ ਹੈ, ਇੱਕ ਦੀ ਛੱਡ ਦੇਣੀ ਹੈ। ਪਰ ਮੰਨ ਲਓ ਇਹਦੇ ਵਾਲਾ ਕੰਮ ਹੋ ਗਿਆ, ਵੀ ਉਹ ਤੋਂ ਫੈਸਲਾ ਲਿਆ ਨਹੀਂ ਗਿਆ, ਤਾਂ ਉਹਦੀ ਬੱਚੇ ਇੱਥੇ ਕੰਮ ਉਲਟ ਹੈ, ਤਾਂ ਉਹਦੀ ਫਿਰ ਐੱਮ ਪੀ ਦੀ ਸੀਟ ਖਾਲੀ ਮੰਨ ਲਈ ਜਾਊਗੀ, ਕਿਉਂਕਿ ਉਹ ਪਹਿਲਾਂ ਐੱਮ ਐੱਲ ਏ ਸੀਗਾ। ਇਹਦਾ ਮਤਲਬ ਫੈਸਲਾ ਤਾਂ ਹੀ ਲਿਆ ਗਿਆ ਨਾ ਵੀ ਮੈਂ ਐੱਮ ਐੱਲ ਏ ਛੱਡਾਂ ਕਿ ਨਾ, ਛੱਡਾਂ ਕਿ ਨਾ, ਛੱਡਾਂ ਕਿ ਨਾ। ਤਾਂ ਆਪਣਾ ਤੁਹਾਨੂੰ ਪਤਾ ਕਿਹਦੇ ਮੁਤਾਬਕ ਪੜ੍ਹੀ ਜਾਂਦੇ ਆਪਾਂ, ਇਹ ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ 1951 ਦੇ ਮੁਤਾਬਕ ਹੀ ਪੜ੍ਹੀ ਜਾਂਦੇ ਆ। ਤਾਂ 51 'ਚ ਲਿਖਿਆ ਹੋਇਆ ਤੂੰ ਕਿਉਂ ਘਬਰਾਉਣਾ, ਤੂੰ ਐੱਮ ਐੱਲ ਏ ਰਹਿ, ਕਿਉਂਕਿ ਤੁਹਾਡੀ ਐੱਮ ਪੀ ਦੀ ਸੀਟ ਆਟੋਮੈਟਿਕ ਖਾਲੀ, ਪਾਰਲੀਮੈਂਟ ਦੀ ਕਹਿ ਲਓ, ਪਾਰਲੀਮੈਂਟ ਦੀ ਸੀਟ ਖਾਲੀ ਮੰਨੀ ਜਾਊਗੀ। ਫਿਰ ਇੱਥੇ ਆਹ ਵੀ ਕੰਮ ਘੈਂਟ ਯਾਦ ਰੱਖਿਓ, ਠੀਕ ਹੈ ਨਾ। ਤਾਂ ਜਵਾਬ ਵੈਸੇ ਆਪਾਂ ਨੂੰ ਮਿਲ ਹੀ ਗਿਆ ਬੀ। ਕਹਿੰਦੇ ਰਾਜ ਸਭਾ ਕਿੱਥੇ ਅਨਈਕੁਅਲ ਹੈ ਬੱਚੋ ਲੋਕ ਸਭਾ ਦੇ ਕੰਪੈਰੀਸਨ? ਆਹ ਸਵਾਲ ਤਾਂ ਯਾਰ ਤੁਸੀਂ ਸੋਲਵ ਕਰ ਸਕਦੇ ਹੋ, ਇਹ ਚੀਜ਼ਾਂ ਸਾਨੂੰ ਮੈਂ 100 ਵਾਰੀ ਦੱਸਤੀਆਂ। ਹੁਣ ਕੀ ਆ ਸਵਾਲ 'ਚ ਹੈ ਕਿ ਆਹ ਤਾਂ ਆਪਾਂ ਦੇਖ ਹੀ ਲਿਆ, ਦੋਨਾਂ ਕੋਲ ਬਰਾਬਰ ਦੀ ਪਾਵਰ ਹੈ, ਸੰਵਿਧਾਨ ਸੋਧ ਕਰਨ ਵਾਲੀ ਬਿੱਲ 2/3 ਪਾਸ ਕਰਨਾ ਹੈ। ਅਸੀਂ ਸੇਮ ਇੰਟਰੋਡਕਸ਼ਨ ਅਤੇ ਪੈਸੇਜ ਆਰਡਨਰੀ ਬਿੱਲ ਦਾ ਕੀ ਹੁੰਦਾ, ਚਾਹੇ ਆਪਾਂ ਲੋਕ ਸਭਾ 'ਚ ਲਿਆਓ, ਚਾਹੇ ਆਪਾਂ ਰਾਜ ਸਭਾ 'ਚ ਲਿਆਓ, ਇੱਧਰ ਲਿਆਂਦਾ ਉੱਧਰ ਜਾਵੜੋ, ਉੱਧਰ ਲਿਆਂਦਾ ਉੱਧਰ ਜਾਵੜੋ, ਬਿੱਲ ਤੋਰੀ ਫਿਰਨਗੇ। ਹੋਰ ਹੈ ਕਿ ਰਾਸ਼ਟਰਪਤੀ ਨੂੰ ਚੁਣਨ ਦੇ ਵਿੱਚ ਵੀ ਆਪਾਂ ਦੇਖਿਆ ਕੱਲ ਰਾਜ ਸਭਾ ਵੀ ਹੁੰਦਾ, ਇੰਪੀਚਮੈਂਟ ਦਾ ਮਤਲਬ ਹੁੰਦਾ ਜਦੋਂ ਆਪਾਂ ਰਾਸ਼ਟਰਪਤੀ ਨੂੰ ਬੱਚੇ ਰਿਮੂਵ ਕਰਦੇ ਹੁੰਦੇ ਹਾਂ, ਆਪਾਂ ਜਦੋਂ ਰਾਸ਼ਟਰਪਤੀ ਨੂੰ ਇੰਪੀਚ ਮਤਲਬ ਰਿਮੂਵ, ਆਰਟੀਕਲ ਨੰਬਰ 61 ਪੜ੍ਹਾਊਂਗਾ ਕਿ ਡਿਟੇਲ 'ਚ, ਮੈਂ ਘਬਰਾਏ ਹੁੰਦਾ। ਉਹਦੇ ਵਿੱਚ ਵੀ ਦੋਨਾਂ ਹੀ ਸੇਮ ਹੈ, ਕਿਉਂਕਿ ਐਂਡ 'ਤੇ ਫਿਰ ਬਿੱਲ ਤਾਂ ਦੋਨੇ ਹਾਊਸਾਂ ਹੀ ਪਾਸ ਕਰਨਾ ਨਾ, 2/3 ਪ੍ਰੈਜ਼ੀਡੈਂਟ ਐਂਡ ਵੋਟ ਆ ਗਿਆ। ਇੱਥੇ ਤੁਹਾਨੂੰ ਪਤਾ ਬੱਚੋ, ਇੱਥੇ ਅਨਇਕੁਐਲਿਟੀ ਆ ਗਈ, ਇੱਥੇ ਸਮਾਨਤਾ ਨਹੀਂ ਹੈਗੀ, ਇੱਥੇ ਵੱਡੀ ਪਾਵਰ ਅਤੇ ਮੇਨ ਪਾਵਰ ਸਿਰਫ ਕਿਹਦੇ ਕੋਲ ਹੈ? ਲੋਕ ਸਭਾ। ਅਤੇ ਆਂਸਰ ਆਪਣਾ ਫਿਰ ਕੀ ਆ ਗਿਆ ਬੱਚੋ? ਡੀ, ਸਮਝ ਗਏ? ਸੋ ਇਹ ਮੇਨ ਪੁਆਇੰਟ ਆਪਾਂ ਰੱਖਿਓ, ਯਾਦ, ਡੀ ਆਂਸਰ ਆ ਗਿਆ। ਲਓ ਵੀ ਹੁਣ ਥੋੜ੍ਹੀ ਬਹੁਤ ਆਪਾਂ ਲੀਡਰ ਸਾਹਿਬਾਨ ਇੰਟਰੋਡਿਊਸ ਕਰਨ ਜਾ ਰਹੇ ਹਾਂ। ਕਹਿੰਦੀ ਇਹਦੇ ਵਿੱਚੋਂ ਪਹਿਲਾ ਪੋਲੀਟੀਸ਼ੀਅਨ ਹਿੰਦੁਸਤਾਨ ਦਾ ਜਿਹੜਾ ਆਪਦੀ ਸਟੇਟ ਦਾ ਮੁੱਖ ਮੰਤਰੀ ਵੀ ਸੀ ਅਤੇ ਅੱਗੇ ਜਾ ਕੇ ਪ੍ਰਧਾਨ ਮੰਤਰੀ ਵੀ ਬਣ ਗਿਆ। ਹੁਣ ਬਹੁਤੇ ਨੇ ਮੂੰਹ 'ਚ ਤਾਂ ਹੋ ਸਕਦਾ ਪਾਣੀ ਆ ਗਿਆ ਹੋਵੇ ਮੋਦੀ ਆ ਹੋਏ, ਕਿਉਂਕਿ ਇਹ ਗੁਜਰਾਤ ਦਾ ਵੀ ਰਿਹਾ, ਬਟ ਪਹਿਲਾ ਕੀ ਫਿਰ ਮੋਦੀ ਹੋ ਸਕਦਾ? ਪਹਿਲਾ ਹੀ ਹੋਵੇ ਕਿ ਉਦੋਂ ਪਹਿਲਾਂ ਕਿਸੇ ਬੰਦੇ ਨੇ ਕਾਰਨਾਮਾ ਕੀਤਾ? ਹਾਂ ਕੀਤਾ, ਉਸ ਬੰਦੇ ਨੂੰ ਚੈਂਪੀਅਨ ਆਫ ਫਾਰਮਰ ਕਹਿੰਦੇ ਹੈ। ਇਹ ਲਿਖ ਕੇ ਰੱਖ ਲਿਓ ਕਿਹੜਾ ਬੰਦਾ ਹੈ, ਚੈਂਪੀਅਨ ਆਫ ਫਾਰਮਰ, ਕਿਸਾਨੀ ਨੇਤਾ ਸੀ ਬੱਚੋ, ਚੌਧਰੀ ਚਰਨ ਸਿੰਘ। ਇਹ ਪਹਿਲਾਂ ਆਪਣੇ ਯੂਪੀ ਦੇ ਮੁੱਖ ਮੰਤਰੀ ਬਣਦੇ ਹੁੰਦੇ ਹੈ 1970 ਦੇ ਵਿੱਚ, ਅਤੇ ਬਾਅਦ ਵਿੱਚ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣਦੇ ਹੈ 1979 ਦੇ ਵਿੱਚ। ਚਲੋ ਆਹ ਪੁਆਇੰਟ ਤਾਂ ਇਤਿਹਾਸਕ ਬਣ ਹੀ ਗਿਆ, ਬਟ ਸਵਾਦ ਜਿਹੜੀ ਗੱਲ ਨਹੀਂ ਆਈ, ਕਿਉਂਕਿ ਜਦੋਂ ਇੱਥੇ ਪ੍ਰਧਾਨ ਮੰਤਰੀ ਬਣੇ ਹੈ ਨਾ, ਬਾਹਲੀ ਜ਼ਿਆਦਾ ਕਿਰਕਰੀ ਹੋ ਗਈ ਸੀ। ਇੰਦਰਾ ਗਾਂਧੀ ਦੇ ਗੁੱਟ ਨੇ ਸਮਰਥਨ ਕੀਤਾ ਸੀ ਇਹਨਾਂ ਨੂੰ, ਅਤੇ ਉਹਨਾਂ ਨੇ ਆਪਦੀ ਸਪੋਰਟ ਵਾਪਸ ਲੈ ਲਈ ਸੀ, ਤਾਂ ਇਹਨਾਂ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਆ ਗਿਆ ਸੀਗਾ, ਵੀ ਸਰਕਾਰ ਚਲਾਉਣ ਦੇ ਨੰਬਰ ਹੀ ਹੈ ਨਹੀਂ ਸੀ ਇਹਨਾਂ ਕੋਲ, ਬਹੁਮਤ ਹੈ ਨਹੀਂ ਸੀ।
ਤਾਂ ਇਹਨੇ ਫਿਰ ਪਾਰਲੀਮੈਂਟ ਨੂੰ ਫੇਸ ਹੀ ਨਹੀਂ ਕੀਤਾ, ਪਹਿਲੀ ਅਸਤੀਫਾ ਦੇ ਗਏ ਸੀ, ਆਰ ਕਾਰਡ ਬਣ ਗਿਆ ਸੀ ਪ੍ਰਧਾਨ ਮੰਤਰੀ ਬਣ ਕੇ। ਇਹ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਸੀ ਜਿਨ੍ਹਾਂ ਨੇ ਪਾਰਲੀਮੈਂਟ ਨੂੰ ਫੇਸ ਹੀ ਨਹੀਂ ਕੀਤਾ, ਪਹਿਲੀ ਅਸਤੀਫਾ ਦੇਤਾ, ਕਿਉਂਕਿ ਇੰਦਰਾ ਗਾਂਧੀ ਨੇ ਸਪੋਰਟ ਨੂੰ ਵਾਪਸ ਲੈ ਲਿਆ ਸੀ। ਸੋ ਉੱਥੇ ਕੰਮ ਮਾੜਾ ਜਿਹਾ ਹੋ ਗਿਆ, ਪੋਲੀਟਿਕਸ ਆਪਣੀ ਹੈ ਹੀ ਐਡੀ ਗੰਦੀ। ਸੋ ਇਹ ਪੁਆਇੰਟ ਆਪਾਂ ਯਾਦ ਰੱਖ ਸਕਦੇ ਹਾਂ। ਰਹੀ ਗੱਲ ਮੁਰਾਰਜੀ ਦੇਸਾਈ ਦੀ, ਵਿੱਚੋਂ ਇਹ ਪ੍ਰਧਾਨ ਮੰਤਰੀ ਬਣੇ ਆ 1977 ਦੇ ਵਿੱਚ। ਇਹ ਮੈਂ ਕਿਉਂ ਦੱਸਿਆ, ਦੇਖੋ ਆਪਣਾ ਮੁਲਕ 47 ਚ ਆਜ਼ਾਦ ਹੋਇਆ, ਬੱਚੇ ਬੱਚੇ ਨੂੰ ਪਤਾ ਵੀ ਪਹਿਲਾ ਪ੍ਰਧਾਨ ਮੰਤਰੀ ਹਿੰਦੁਸਤਾਨ ਚ ਵਿੱਚੋਂ ਕੌਣ ਬਣਿਆ, ਜਵਾਹਰ ਲਾਲ ਨਹਿਰੂ। ਹਰ ਬੱਚੇ ਨੂੰ ਪਤਾ ਵੀ ਕਿਹੜੀ ਪਾਰਟੀ ਹੈ, ਇੰਡੀਅਨ ਨੈਸ਼ਨਲ ਕਾਂਗਰਸ। ਬਹੁਤ ਧਿਆਨ ਨਾਲ ਸੁਣਨਾ, 47 ਤੋਂ ਲੈ ਕੇ ਲਗਾਤਾਰ 77 ਤੱਕ ਕਾਂਗਰਸ ਦਾ ਰਾਜ ਰਿਹਾ ਲਗਾਤਾਰ 30 ਸਾਲ। ਪਹਿਲੀ ਵਾਰ ਸੈਂਟਰ ਦੇ ਵਿੱਚ ਵਿੱਚੋਂ ਕਾਂਗਰਸ ਪਾਰਟੀ ਹਾਰੀ ਹੈ 77 ਦੇ ਵਿੱਚ। ਉਦੋਂ ਜਨਤਾ ਪਾਰਟੀ ਦਾ ਨੇਤਾ ਮੁਰਾਰਜੀ ਦੇਸਾਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣ ਗਿਆ। ਸੋ ਕਿਹੜਾ ਪੁਆਇੰਟ ਖਾਸ ਬਣ ਗਿਆ ਇੱਥੇ, ਇਹ ਪਹਿਲਾ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਹੈ, ਫਸਟ ਨੋਨ ਕਾਂਗਰਸ PM, ਪਹਿਲਾ ਗੈਰ ਕਾਂਗਰਸੀ ਪ੍ਰਧਾਨ ਮੰਤਰੀ। ਅੰਤ ਇਹਨਾਂ ਦਾ ਵੀ ਮਾੜਾ ਹੀ ਹੋਇਆ। ਪਹਿਲੀ ਗੱਲ ਤਾਂ ਸਭ ਤੋਂ ਵੱਡੀ ਉਮਰ ਦਾ, ਜਿਸ ਨੂੰ ਪੁੱਛਿਆ ਹਿੰਦੁਸਤਾਨ ਦਾ ਸਭ ਤੋਂ ਵੱਡੀ ਉਮਰ ਦਾ ਪ੍ਰਧਾਨ ਮੰਤਰੀ ਵੀ ਕਿਹੜਾ ਬਣਿਆ ਸੀ, ਉਹ ਵੀ ਮੁਰਾਰਜੀ ਦੇਸਾਈ ਹੈ। ਅੰਤ ਕਿਵੇਂ ਮਾੜਾ ਹੋ ਗਿਆ, 1979 ਦੇ ਵਿੱਚ ਬੱਚੋ ਇਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਸੀ। ਉਦੋਂ ਬਾਅਦ ਤਾਂ ਬਣਿਆ ਚੌਧਰੀ ਚਰਨ ਸਿੰਘ, ਮੁੜ ਕੇ ਇਹਨੂੰ ਵੀ ਦੇਣਾ ਪੈ ਗਿਆ ਅਸਤੀਫਾ। ਬਟ ਪਹਿਲਾ ਪ੍ਰਧਾਨ ਮੰਤਰੀ ਜਿਹਨੇ ਅਸਤੀਫਾ ਦਿੱਤਾ ਉਹ ਮੁਰਾਰਜੀ ਦੇਸਾਈ ਹੈ। ਆਹ ਖਾਸ ਪੁਆਇੰਟ ਲਿਖ ਕੇ ਰੱਖ ਲਓ, ਇਹ ਬੜਾ ਸਿਰੇ ਦਾ ਪੁਆਇੰਟ ਹੈ। ਫਸਟ PM ਟੂ ਰਿਜ਼ਾਈਨ, ਇਹ ਬਹੁਤ ਬਹੁਤ ਖਾਸ ਪੁਆਇੰਟ ਹੈ ਤੁਹਾਡੇ ਖਾਸ ਬੱਚਿਆਂ ਵਾਸਤੇ। ਪਹਿਲਾ ਗੈਰ ਕਾਂਗਰਸੀ ਪ੍ਰਧਾਨ ਮੰਤਰੀ, ਪਹਿਲਾ PM ਅਸਤੀਫਾ ਦੇਣ ਵਾਲਾ, ਪਹਿਲਾ CM ਜਿਹੜਾ ਅੱਗੇ ਜਾ ਕੇ PM ਬਣਿਆ ਉਹ ਚੌਧਰੀ ਚਰਨ ਸਿੰਘ ਹੈ। ਕਿਹੜਾ ਹਾਲੇ ਇੰਨਾ ਕਿਹੜਾ ਗਾਹ ਪਾਇਆ, ਬਹੁਤ ਹੈ। ਹੌਲੀ ਹੌਲੀ ਆਪਾਂ ਸਮਾਨ ਇਕੱਠਾ ਕਰਦੇ ਹਾਂ ਆਪਾਂ, ਠੀਕ ਹੈ ਨਾ। ਚਲੋ ਫਿਰ ਇਹ ਜਵਾਬ ਆਪਾਂ ਮਿਲ ਹੀ ਗਿਆ ਸੀਗਾ, ਹਾਂ ਆਂਸਰ ਆਪਣਾ ਆ ਗਿਆ ਡੀ। ਇਹਦੇ ਵਿੱਚ ਕਹਿੰਦੇ ਕਿਹੜਾ ਪ੍ਰਧਾਨ ਮੰਤਰੀ ਪਹਿਲਾਂ ਫਾਈਨਾਂਸ ਮਿਨਿਸਟਰ ਵੀ ਰਿਹਾ ਨਰਸਿਮਾ ਰਾਓ ਗੌਰਮੈਂਟ ਦੇ ਵਿੱਚ। ਉਹਨੂੰ ਪਤਾ ਹੈ ਹਿੰਦੁਸਤਾਨ 'ਚ ਬਹੁਤ ਭਿਆਨਕ ਟਾਈਮ ਸੀ ਬੱਚੋ, ਜਦੋਂ ਮੁਲਕ ਦਾ ਦੁਬਾਲਾ ਨਿਕਲ ਗਿਆ ਸੀਗਾ, ਜਿਵੇਂ ਆਪਾਂ ਇਕਨੋਮਿਕਸ ਕਹਿੰਦੇ ਨੇ ਇਕਨੋਮਿਕ ਕ੍ਰਾਈਸਿਸ, ਜਮਾਂ ਮੁਲਕ ਖਤਮ ਹੋਣ ਦੀ ਕਗਾਰ 'ਤੇ ਆ ਗਿਆ ਸੀ। ਉਦੋਂ ਪਰ PV ਨਰਸਿਮਾ ਰਾਓ ਨੇ ਉਸ ਬੰਦੇ ਨੂੰ ਹਿੰਦੁਸਤਾਨ ਦਾ 22ਵਾਂ ਫਾਈਨਾਂਸ ਮਿਨਿਸਟਰ ਬਣਾਇਆ, ਜਿਹੜਾ ਅੱਗੇ ਜਾ ਕੇ 2004 ਦੇ ਵਿੱਚ ਹਿੰਦੁਸਤਾਨ ਦਾ 13ਵਾਂ ਪ੍ਰਧਾਨ ਮੰਤਰੀ ਵੀ ਬਣ ਗਿਆ। ਤਾਂ ਉਹ ਸੀ ਬੱਚਾ ਆਪਣਾ ਡਾਕਟਰ ਮਨਮੋਹਨ ਸਿੰਘ। ਇਸ ਨੂੰ ਪਤਾ ਹੋਣਾ ਚਾਹੀਦਾ, ਇਹ ਆਪਣੇ ਦੇਸ਼ ਦੇ 13ਵੇਂ ਪ੍ਰਧਾਨ ਮੰਤਰੀ 2004 ਤੋਂ ਲੈ ਕੇ ਇਹ 14 ਤੱਕ ਬਣੇ ਹੈ। ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਕਲੌਤਾ ਪ੍ਰਧਾਨ ਮੰਤਰੀ ਲਗਾਤਾਰ 2 ਵਾਰੀ ਬਣਿਆ ਸੀ। ਤੁਹਾਨੂੰ ਮੈਂ ਇੱਕ ਬਾਹਲੀ ਕਹਿਣ ਕੀ ਦੱਸਦਾ, ਦੇਖੋ ਜਵਾਹਰ ਲਾਲ ਨਹਿਰੂ ਆਪਣੇ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹੈ। ਇਹ ਬੱਚੋ ਬਣਿਆ ਸੀ 47 ਤੋਂ ਲੈ ਕੇ 64 ਤੱਕ, ਮਤਲਬ 15 ਸਾਲ ਸਿੱਧਾ ਹੋ ਗਏ, 15 2 17, ਮਤਲਬ 4ਵੀਂ ਵਾਰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ ਜਵਾਹਰ ਲਾਲ ਨਹਿਰੂ। ਉਦੋਂ ਬਾਅਦ ਫਿਰ ਹੁਣ ਨਾਮ ਹੁਣ ਕਿਹਦਾ ਆਉਣ ਲੱਗ ਗਿਆ, ਮੋਦੀ ਦਾ, ਕਿਉਂਕਿ ਮੋਦੀ ਬੱਚੋ ਇਸ ਵਾਰ ਮਤਲਬ 2014 ਤੋਂ ਬਣ ਲੱਗਿਆ, ਅਤੇ ਇਸ ਵਾਰ ਬੱਚੋ ਆਪਾਂ 24 ਦੇ ਵਿੱਚ ਉਹਨੂੰ ਦੁਬਾਰੇ ਫੇਰ ਚੁਣ ਲਿਆ, ਅਤੇ ਇਸ ਵਾਰ ਮੋਦੀ 9ਵੀਂ ਵਾਰ ਪ੍ਰਧਾਨ ਮੰਤਰੀ ਬਣਿਆ, 3ਵੀਂ ਵਾਰ। ਅਤੇ ਉਦੋਂ ਅਗਲਾ ਰੈਂਕ ਬੱਚੋ ਆਪਣੇ ਮਨਮੋਹਨ ਸਿੰਘ ਜੀ ਦਾ, ਮਨਮੋਹਨ ਸਿੰਘ ਜੀ ਬਣੇ 2004 ਤੋਂ ਲੈ ਕੇ
14 ਤੱਕ। ਸੋ ਇਹ ਬਣੇ ਆ 2 ਵਾਰ ਪ੍ਰਧਾਨ ਮੰਤਰੀ, ਮੋਦੀ ਬਣ ਗਿਆ 3 ਵਾਰ ਅਤੇ ਨਹਿਰੂ ਬਣਿਆ ਸੀ 4 ਵਾਰ। ਇਹ ਪ੍ਰੋਪਰ ਸੀਕੁਐਂਸ ਆਪਾਂ ਯਾਦ ਰੱਖ ਲਿਓ। ਬਾਕੀ ਮਨਮੋਹਨ ਸਿੰਘ ਤਾਂ ਬਹੁਤ ਅਵਾਰਡ ਜਿੱਤੀ ਬੈਠਾ, ਬਸ ਇਕੱਲਾ ਭਾਰਤ ਰਤਨ ਨਹੀਂ ਮਿਲਿਆ, ਜਿਹੜੀ ਮਤਲਬ ਮਾੜੀ ਗੱਲ ਹੈ, ਕਿਉਂਕਿ ਨਹਿਰੂ ਵੀ ਆਪ ਲਈ ਬੈਠਾ, ਇੰਦਰਾ ਗਾਂਧੀ ਵੀ ਲਈ ਬੈਠੀ ਹੈ, ਲਾਲ ਬਹਾਦਰ ਸ਼ਾਸਤਰੀ ਨੂੰ ਵੀ ਮਿਲਿਆ ਪਿਆ, ਗੁਲਜ਼ਾਰੀ ਲਾਲ ਨੰਦਾ ਨੂੰ ਵੀ ਮਿਲਿਆ ਪਿਆ, ਐਂ ਤਾਂ ਇਹ ਮੋਦੀ ਨੂੰ ਵੀ ਨਹੀਂ ਮਿਲਿਆ, ਮੋਦੀ ਵੀ ਕਿਸੇ ਦਿਨ ਆਪ ਹੀ ਲਊਗਾ। ਉਦੋਂ ਬਾਅਦ ਫਿਰ ਭਾਵੇਂ ਆਪਣੇ ਮਨਮੋਹਨ ਸਿੰਘ ਨੂੰ ਦੇ ਦੇਣਾ, ਅਟਲ ਬਿਹਾਰੀ ਵਾਜਪਾਈ ਨੂੰ ਵੀ ਮਿਲ ਗਿਆ, ਬਸ ਵਿਚਾਰਾ ਆਪਣਾ ਇਕੱਲਾ ਮਨਮੋਹਨ ਸਿੰਘ ਰਹਿ ਗਿਆ। ਬਸ ਮਨਮੋਹਨ ਸਿੰਘ ਦਾ ਤਜਰਬਾ ਇਕੱਲਾ ਫਾਈਨਾਂਸ ਮਿਨਿਸਟਰ ਹੈ, ਉਹੀ ਲੱਗ ਗਿਆ ਬੱਚੋ, ਕਿਉਂਕਿ ਆਪਣਾ ਸੱਚ ਤਾਂ ਮੈਂ ਸਲਾਈਡ ਬਣਵਾਈ ਸੀ ਯਾਰ, ਕਿਉਂਕਿ ਆਹ ਦੇਖੋ ਇਹ ਆਪਣੇ RBI ਦਾ, ਰਿਜ਼ਰਵ ਬੈਂਕ ਆਫ ਇੰਡੀਆ ਦਾ ਬੱਚੋ ਗਵਰਨਰ ਵੀ ਰਿਹਾ, ਇਹ ਆਪਣੇ ਫਾਈਨਾਂਸ ਮਿਨਿਸਟਰ ਵੀ ਰਹੀ ਹੈ, ਇਹ 13ਵੇਂ ਪ੍ਰਧਾਨ ਮੰਤਰੀ ਵੀ ਰਹੀ ਹੈ। ਤੁਹਾਨੂੰ ਪਤਾ ਇੱਕ ਪਹਿਲਾਂ ਪਲੈਨਿੰਗ ਕਮਿਸ਼ਨ ਹੁੰਦੀ ਸੀ ਨਾ, ਇਹ ਉਹਦੇ ਡਿਪਟੀ ਚੇਅਰਮੈਨ ਵੀ ਰਹੀ ਹੈ, ਇਕਨੋਮਿਕਸਟ ਵੀ ਹੈ, ਪੋਲੀਟੀਸ਼ੀਅਨ ਵੀ ਹੈ, ਪਦਮ ਵਿਭੂਸ਼ਣ ਇਹਨਾਂ ਨੂੰ ਬੱਚੋਂ ਮਿਲਿਆ ਹੋਇਆ, ਬਟ ਹਜੇ ਤੱਕ ਭਾਰਤ ਰਤਨ ਨਹੀਂ ਮਿਲਿਆ। ਇਹ ਚੀਜ਼ ਵੀ ਤੁਸੀਂ ਯਾਦ ਰੱਖ ਸਕਦੇ ਹੋ, ਮਾੜਾ ਪੁਆਇੰਟ ਕਹਿ ਸਕਦੇ ਇਹਨਾਂ ਦੇ ਕਰੀਅਰ ਵਾਸਤੇ, ਪੇਡੀ ਮਹਾਨ ਪਰਸਨੈਲਿਟੀ ਹਜੇ ਵੀ, ਇਸਨੂੰ ਪਤਾ ਹੈ ਬਹੁਤ ਵਾਰੀ ਖਬਰ ਆ ਚੁੱਕੀ ਹੈ ਵੀ ਨਹੀਂ ਰਹੇ ਨਹੀਂ ਰਹੇ, ਬਟ ਬੰਦਾ ਕਿੱਥੇ ਐਂ ਜਾਂਦਾ ਛੇਤੀ ਛੇਤੀ, 91-92 ਸਾਲ ਜਿਹਨਾਂ ਦੀ ਉਮਰ ਹੋ ਚੁੱਕੀ ਹੈ ਡਾਕਟਰ ਮਨਮੋਹਨ ਸਿੰਘ ਦੀ, ਸੋ ਕਦੋਂ ਵੀ ਖਬਰ ਆ ਸਕਦੀ ਹੈ। ਸੋ ਇੰਦਰਾ ਗਾਂਧੀ ਵੱਚੋਂ ਪ੍ਰਾਈਸ ਇਹ ਮਿਲ ਚੁੱਕਿਆ, ਆ ਇਹਨਾਂ ਦੇ ਵੱਚੋਂ ਫੇਮਸ ਵਰਕ ਹੈ, ਆ ਇਹਨਾਂ ਦੇ ਫੇਮਸ ਵਰਕ ਹੈ, ਚੇਂਜਿੰਗ ਇੰਡੀਆ ਦ ਕੁਐਸਟ ਫਾਰ ਐਕੁਇਟੀ ਇਨ ਡਿਵੈਲਪਮੈਂਟ, ਸਮਝ ਗਏ। ਇਹ 2 ਫੇਮਸ ਵਰਕ ਵੀ ਯਾਦ ਰੱਖ ਲਓ, ਆਹ ਤਾਂ ਮੈਂ ਕਹਿਣਾ ਜਮੀ ਨਹੀਂ ਕਿਸੇ ਨੇ ਸੁਣੇ ਵੇ, ਇਹਦਾ ਪੇਪਰ 'ਚ ਹੀ ਸੁਣੋਗੇ ਜਿੱਦਾਂ ਥੋੜ੍ਹਾ ਪੜਾਕਾ ਪਿਆ, ਬਸ ਯਾਦ ਰੱਖਿਓ। ਕਹਿੰਦੇ ਕਿਹੜੇ ਪ੍ਰਧਾਨ ਮੰਤਰੀ ਹੈ ਜਿਹੜੇ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਜੰਗ ਹੋਈ ਹੈ 65 ਦੇ ਵਿੱਚ, ਬਸ ਹੁਣ ਸਾਰਾ ਕੁਛ ਪੱਤੇ ਖੋਲਦੇ ਜਾਣਗੇ ਹੁਣ ਵਾਰੀ ਵਾਰੀ। ਆ ਦੇਖੋ ਜਵਾਹਰ ਲਾਲ ਨਹਿਰੂ ਪਹਿਲਾ ਪ੍ਰਧਾਨ ਮੰਤਰੀ ਵੱਚੋਂ 47 ਤੋਂ ਲੈ ਕੇ 64, ਇਹ 47 ਤੋਂ ਲੈ ਕੇ 64 ਤੱਕ ਹੀ ਕਿਉਂ ਬਣੇ ਹੈ, ਵੀ ਐਨ ਵੀ 64 ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਾਂ ਗੱਦੀ ਤੋਂ ਲੈ ਗਏ। 64 ਦੇ ਵਿੱਚ ਨਹਿਰੂ ਸਾਹਿਬ ਦੀ ਡੈਥ ਹੋ ਗਈ ਸੀ, ਜਦੋਂ ਐਂ ਅਚਾਨਕ ਐਂ ਡੈਥ ਹੋ ਜੇ, ਹੁਣ ਐਂ ਤਾਂ ਨਹੀਂ ਪਾਗਲਿਆ ਬੰਦਾ ਵੋਟਾਂ ਪਾ ਕੇ ਉਹਦੀ ਚੁਣ ਲਾਂਗੇ, ਤਾਂ ਵਿੱਚ ਸੰਨ 'ਚ ਬੱਚੋ ਬਣਦਾ ਇੱਕ ਬੰਦਾ, ਉਹਦਾ ਨਾਮ ਹੈ ਗੁਲਜ਼ਾਰੀ ਲਾਲ ਨੰਦਾ। ਆ ਪ੍ਰੋਪਰ ਸੀਕੁਐਂਸ ਇੱਕ ਵਾਰੀ ਧਿਆਨ ਨਾਲ ਸੁਣ ਲਿਓ, ਅੱਗੇ ਬੜਾ ਕੰਮ ਆਊਗਾ, ਮੈਂ ਕਹਿੰਦਾ ਕੱਲ੍ਹ ਦੀ ਕਲਾਸ ਵੀ ਕੰਮ ਆਜੂਗਾ। ਸੋ ਗੁਲਜ਼ਾਰੀ ਲਾਲ ਨੰਦਾ ਜੀ ਦੇ ਮੂਹਰੇ ਸਟਾਰ ਪਾ ਕੇ ਲਿਖ ਲਿਓ ਵੀ ਇਹ ਬੱਚੋ ਕੀ ਬਣਦੇ ਹੁੰਦੇ ਹੈ, ਤਾਂ ਆਪਾਂ ਟਿਕ ਲਾਵਾਂਗੇ, ਇਹਨਾਂ ਨੇ ਓਨਾ ਟਾਈਮ ਐਕਟਿੰਗ ਕਰਨੀ ਹੈ ਜਿੰਨਾ ਟਾਈਮ ਆਪਾਂ ਅਗਲਾ ਪ੍ਰਧਾਨ ਮੰਤਰੀ ਨਹੀਂ ਚੁਣਦੇ, ਸਮਝ ਗਏ। ਅਤੇ ਇਹ ਬਣਦੇ ਹੁੰਦੇ ਸਿਰਫ 13 ਦਿਨਾਂ ਵਾਸਤੇ, ਬਸ 13 ਦਿਨਾਂ ਵਾਸਤੇ ਇਹਨਾਂ ਨੇ ਐਕਟਿੰਗ ਕਰਨੀ ਹੈ, ਮਸਾਂ ਬਰੈਕਟੀ ਨੂੰ ਖੜਾ ਛੁੱਟਿਆ, ਕਿਉਂਕਿ ਉਦੋਂ ਬਾਅਦ ਆਪਣੇ ਫਿਰ ਦੂਜੇ ਨੰਬਰ ਦੇ ਪ੍ਰਧਾਨ ਮੰਤਰੀ ਵਿੱਚੋਂ ਕਿਹੜੇ ਆ ਗਏ, ਲਾਲ ਬਹਾਦਰ ਸ਼ਾਸਤਰੀ ਜੀ ਆ ਗਏ। ਇਹ ਰਹੇ ਆ ਲਗਭਗ 19 ਮਹੀਨੇ 1964 ਤੋਂ ਲੈ ਕੇ 1966 ਦੇ ਵਿੱਚ। ਸੋ ਇੱਥੇ ਗੱਲ ਹੋ ਰਹੀ ਹੈ ਫਿਰ ਲਾਲ ਬਹਾਦਰ ਸ਼ਾਸਤਰੀ ਜੀ, ਜਿਨ੍ਹਾਂ ਨੂੰ ਭਾਰਤ ਰਤਨ ਅਵਾਰਡ ਮਿਲਿਆ ਹੋਇਆ, ਬਟ ਸਵਾਦ ਨਹੀਂ ਆਇਆ, ਕਿਉਂਕਿ ਇਹ ਪਹਿਲੇ ਭਾਰਤ ਰਤਨ ਅਵਾਰਡੀ ਹੈ ਜਿਨ੍ਹਾਂ ਨੂੰ ਮਰਨ ਉਪਰੰਤ ਮਿਲਿਆ, ਜਿਉਂਦੇ ਜੀ ਨਹੀਂ ਮੁੱਲ ਪਿਆ ਬੱਚੋ। ਬਾਅਦ 'ਚ ਫੋਟੋ ਦੇਖ ਕੇ ਕਹਿਤਾ ਬੰਦਾ ਘੈਂਟ ਸੀ, ਪਰ ਚੱਕਰ ਪੈ ਗਿਆ ਸੀ ਕਿਉਂਕਿ ਇਹਨਾਂ ਦੀ ਮੌਤ ਵੀ ਅਚਾਨਕ ਬਾਹਰਲੇ ਮੁਲਕ ਉਜ਼ਬੇਕਿਸਤਾਨ ਦੇ ਵਿੱਚ ਹੋਈ ਸੀ, ਅਤੇ ਭਾਰਤ ਰਤਨ ਇਹਨਾਂ ਨੂੰ ਮਿਲਤਾ ਗਿਆ ਸੀ 1966 ਵਿੱਚ, ਬਟ ਉਦੋਂ ਇਹਨਾਂ ਦੀ ਡੈਥ ਹੋ ਚੁੱਕੀ ਸੀ। ਸੋ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਖਾਸ ਪੁਆਇੰਟ ਯਾਦ ਰੱਖਿਓ। ਜਿਹੜਾ ਆਪਣਾ ਰਾਜੀਵ ਗਾਂਧੀ ਹੈ, ਇਹ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਮੰਤਰੀ ਹੈ, ਸਭ ਤੋਂ ਛੋਟੀ ਉਮਰ ਦਾ, ਇਹ ਯੰਗੈਸਟ PM ਮੰਨਿਆ ਜਾਂਦਾ ਇੰਡੀਆ ਦਾ। ਅੱਜ ਹੀ ਤੁਹਾਨੂੰ ਮੈਂ ਓਲਡੈਸਟ ਦੱਸਿਆ,
ਓਲਡੈਸਟ ਕੌਣ ਦੱਸਿਆ ਸਾਨੂੰ ਆਜ਼ਾਦ ਕਰੋ? ਮੁਰਾਰਜੀ ਦੇਸਾਈ, ਜਿਹੜਾ ਪਹਿਲਾ ਗੈਰ ਕਾਂਗਰਸੀ ਵੀ ਹੈ, ਜਿਹੜਾ ਪਹਿਲਾ ਅਸਤੀਫਾ ਦੇਣ ਵਾਲਾ ਵੀ ਹੈ। ਇਹ ਸਾਰੇ ਖਾਸ ਖਾਸ ਪੁਆਇੰਟ ਇਕੱਠੇ ਕਰਦੇ ਜਾਓ, ਬਸ ਸਮਝ ਗਏ ਮੇਰੀ ਗੱਲ? ਸੱਚ ਆਹ ਵੀ ਲਿਖਿਆ ਪਿਆ ਇੱਥੇ, ਜੈ ਜਵਾਨ ਜੈ ਕਿਸਾਨ, ਸਾਰੇ ਪੁਆਇੰਟ ਹੀ ਲਿਖੇ ਹੋਏ, ਨੋਟ ਕਰ ਸਕਦੇ ਹੋ। ਇਹਨਾਂ ਦਾ ਜਨਮ ਲਾਲ ਬਹਾਦਰ ਸ਼ਾਸਤਰੀ ਜੇ 2 ਅਕਤੂਬਰ ਨੂੰ ਹੁੰਦਾ ਬੱਚੋ, ਮਹਾਤਮਾ ਗਾਂਧੀ ਦੇ ਨਾਲ ਹੀ। ਜੈ ਜਵਾਨ ਜੈ ਕਿਸਾਨ ਆਪਾਂ ਜੈ ਜਵਾਨ ਅੱਡ ਪੜ੍ਹਦੇ ਹੁੰਦੇ ਹਾਂ, ਜੈ ਵਿਗਿਆਨ ਤੱਕ, ਜੈ ਅਨੁਸੰਧਾਨ ਤੱਕ, ਜੈ ਆਪਾਂ ਸਾਰੇ ਜੈ ਦੇਖੇ ਹੋਏ ਹੈ। ਜੇ ਤੁਸੀਂ ਮੇਰੀਆਂ ਪ੍ਰੋਪਰ ਕਲਾਸਾਂ ਯੂਟਿਊਬ 'ਤੇ ਲਾ ਰਹੇ ਹੋ ਮੈਂ ਤਾਂ ਕਹਿ ਰਿਹਾ। ਸੋ ਪਹਿਲੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਦੀ ਡੈਥ ਵੀ ਵਿੱਚੋਂ ਬਾਹਰਲੇ ਮੁਲਕ 'ਚ ਹੋਈ ਹੈ, ਉਜ਼ਬੇਕਿਸਤਾਨ ਤਾਸ਼ਕੰਤ ਦੇ ਵਿੱਚ। ਅਤੇ ਇਹਨਾਂ ਨੂੰ ਬੱਚੋ 1966 ਵਿੱਚ ਹਿੰਦੁਸਤਾਨ ਦਾ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਸੀ, ਭਾਰਤ ਰਤਨ। ਬਟ ਮਿਲਿਆ ਕਿਵੇਂ ਸੀਗਾ? ਪੋਸਥਿਊਮਸਲੀ। ਇੱਥੇ ਸਪੇਸ ਦੇਣ ਦੀ ਲੋੜ ਨਹੀਂਗਾ, ਇਕੱਠੀ ਪਾਉਂਦੇ, ਇਕੱਠਾ ਪਾਉਂਦੇ ਹੁੰਦੇ ਆ, ਪੋਸਥਿਊਮਸਲੀ, ਇਕੱਠੇ ਹੀ ਪਾਉਣਾ ਇਹ, ਮਤਲਬ ਮਰਨ ਤੋਂ ਬਾਅਦ ਜਿਹਨੂੰ ਮਿਲਦੇ ਉਹਨੂੰ ਬੋਲਦੇ ਹਾਂ ਆਪਾਂ। ਅਤੇ ਜਿਹੜੀ ਇਹਨੇ ਸਮਾਧੀ ਹੈ ਬੱਚੋ ਇਹਨਾਂ ਦੀ, ਲਾਲ ਬਹਾਦਰ ਸ਼ਾਸਤਰੀ ਜੀ ਦੀ, ਉਹਨੂੰ ਕਿਹਾ ਜਾਂਦਾ ਵਿਜੇ ਘਾਟ। ਬਹੁਤ ਲੋਕ ਇੱਥੇ ਫਿਰ ਮਤਲਬ ਸਿਰ ਝੁਕਾਉਂਦੇ ਆ ਇਸ ਵਿਜੇ ਘਾਟ 'ਤੇ ਜਾ ਕੇ ਇਹਨਾਂ ਦੇ ਜਨਮ ਦਿਨ ਵਾਲੇ ਦਿਨ। ਤੋਂ ਕੁੱਲ ਮਿਲਾ ਕੇ ਯਾਦ ਰੱਖਿਓ, ਆਪਾਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਕਰੀ ਜਾਂਦੇ ਹਾਂ, ਅਤੇ ਪ੍ਰਧਾਨ ਮੰਤਰੀ ਦਾ ਆਪਾਂ ਐਡਰੈਸ ਤਾਂ ਦੇਖ ਲਈਏ, ਰਹਿੰਦਾ ਕਿੱਥੇ ਹੈ, ਕਈ ਵਾਰੀ ਗੇੜਾ ਗੂੜਾ ਕੱਢ ਕੇ ਆਉਣਾ ਪੈ ਸਕਦਾ ਹੈ। ਕਹਿੰਦੇ ਜੀ ਆਫੀਸ਼ੀਅਲ ਰੈਜੀਡੈਂਸ ਕਿਹੜਾ? ਪ੍ਰਾਈਮ ਮਿਨਿਸਟਰ ਆਫ ਇੰਡੀਆ ਦਾ, 10 ਜਨਪਥ ਅੱਕ ਕਾਂਗਰਸ ਵਾਲਿਆਂ ਦਾ ਆ ਗਿਆ ਹੋਵੇ, ਅਕਬਰ ਰੋਡ, ਸਫਦਰ ਜੰਗ ਰੋਡ, ਸਾਰੀਆਂ ਸੜਕਾਂ, ਸਾਰੇ ਐਡਰੈਸ ਖਤਰਨਾਕ ਹੈ ਪੂਰੇ। ਜਿਹਨੇ ਤਾਂ ਪੜ੍ਹਿਆ ਹੋਊਗਾ ਉਹੀ ਨਿਤਰੂਗਾ, ਬਾਕੀ ਸਭ ਡੁੱਬਣਗੇ, ਗਲਤ ਐਡਰੈਸ 'ਤੇ ਜਾਊਂਗੇ। ਇਹਦਾ ਆਂਸਰ ਹੈ ਬੱਚੋ ਨੰਬਰ 7 ਰੀਸਕੋਡ ਰੋਡ, ਬਟ ਇਹ ਨਾਮ ਹੋ ਚੁੱਕਿਆ ਚੇਂਜ। ਇਹਦਾ ਇਹਦਾ ਨਾਮ ਕੀ ਹੈ? ਸੱਤ ਲੋਕ ਕਲਿਆਣ ਮਾਰਗ। ਇਹਦਾ ਨਾਮ ਹੁਣ ਚੇਂਜ ਹੋ ਚੁੱਕਿਆ। ਕਿੱਥੇ ਬੱਚੋ ਐਡਰੈਸ ਇਹ? ਡਬਲ ਡੱਕਣਾ ਲੱਗਦਾ, ਨਿਊ ਦਿੱਲੀ। ਸੋ ਇਹ ਐਡਰੈਸ ਯਾਦ ਰੱਖਿਓ ਆਪਣੇ ਪ੍ਰਧਾਨ ਮੰਤਰੀ ਜੀ ਦਾ, ਕਈ ਵਾਰੀ ਸ਼ਿਕਾਇਤ ਚਕੂਤ ਲੈ ਕੇ ਜਾਣਾ ਪੈ ਸਕਦਾ। ਹਾਂ, ਜਿਹੜਾ ਆਫੀਸ਼ੀਅਲ ਰੈਜੀਡੈਂਸ ਹੈ ਉਹ ਰੈਜੀਡੈਂਸ ਦਾ ਕੀ ਨਾਮ ਹੈ? ਜੇ ਪੁੱਛਿਆ ਆਫੀਸ਼ੀਅਲ ਜਿੱਥੇ 12 ਏਕੜ 'ਚ ਰੈਜੀਡੈਂਸ ਬਣਿਆ ਹੋਇਆ, ਉਹਦਾ ਨਾਮ ਹੁੰਦਾ ਪ੍ਰਧਾਨ ਮੰਤਰੀ ਦੇ ਰੈਜੀਡੈਂਸ ਦਾ ਬੱਚੋ ਨਾਮ ਹੈ ਪੰਚਵਟੀ। ਇਹ ਵੀ ਯਾਦ ਰੱਖ ਲਿਓ, ਇਹ ਰੈਜੀਡੈਂਸ ਦਾ ਨਾਮ ਆ ਗਿਆ, ਸਮਝ ਗਏ? ਅਤੇ ਇਸ ਐਡਰੈਸ 'ਤੇ ਤੁਹਾਨੂੰ ਪਤਾ, ਇਸ ਐਡਰੈਸ 'ਤੇ ਪਹਿਲੀ ਵਾਰ ਸ਼ਿਫਟ ਕਿਹੜਾ ਪ੍ਰਧਾਨ ਮੰਤਰੀ ਹੋਇਆ ਸੀ? 5 ਬੰਗਲੇ ਬਣੇ ਹੋਏ ਆ, ਪੂਰੀ ਸੁਰੱਖਿਆ ਮੁਸਤੈਦ ਕੀਤੀ ਵੀ ਹੈ। ਤੁਹਾਨੂੰ ਪਤਾ ਸਭ ਤੋਂ ਵੱਡੀ ਘਟਨਾ ਵਾਪਰ ਗਈ ਸੀ ਇੰਦਰਾ ਗਾਂਧੀ ਵਾਲੀ, ਉਹਦੇ ਕਤਲ ਤੋਂ ਬਾਅਦ ਹੋਇਆ ਸੀ। ਇੱਥੇ ਸਿਸਟਮ ਸਾਰਾ, ਐਡਰੈਸ ਸਾਰਾ, ਸਿਸਟਮ ਪੂਰੀ ਪੂਰੀ ਸੁਰੱਖਿਆ ਸੁਰੱਖਿਆ, SPG ਕਮਾਂਡੋ ਕਮੁੰਡੋ ਲੱਲਾ ਭੱਬਾ ਬੰਗਲੇ ਬੁੰਗਲੇ ਪੂਰਾ 12 ਏਕੜ 'ਚ ਜਾਲ ਵਿਛਾਤਾ, ਫਿਰ ਇੱਥੇ ਗਏ ਹੈ। ਅਤੇ ਇੱਥੇ ਆਉਣ ਵਾਲਾ ਇਸ ਐਡਰੈਸ 'ਤੇ ਪਹਿਲਾ ਪ੍ਰਧਾਨ ਮੰਤਰੀ ਬੱਚੋ ਆਪਣਾ ਹੁੰਦਾ ਰਾਜੀਵ ਗਾਂਧੀ, ਸਮਝ ਗਏ? ਸੋ ਮੇਨ ਪੁਆਇੰਟ ਆਪਾਂ ਯਾਦ ਰੱਖ ਲਿਓ, ਆਂਸਰ ਆਪਣਾ ਆ ਗਿਆ ਡੀ। ਕਹਿੰਦੇ ਆਪਣੇ ਦੇਸ਼ 'ਚ ਕਿਹੜਾ ਐਕਟਿੰਗ ਪ੍ਰਧਾਨ ਮੰਤਰੀ? ਆਹ ਤਾਂ ਪਿੱਛੇ ਆਪਾਂ ਅੱਧਾ ਦੇਖਿਆ ਹੈ, ਅੱਧਾ ਕਿਉਂ ਦੇਖਿਆ ਹੈ? ਕਿਉਂਕਿ ਇੱਥੇ ਕੀ ਲਿਖਿਆ? 2 ਵਾਰੀ ਮੈਂ ਕਹਿਣਾ ਗੁਲਜ਼ਾਰੀ ਲਾਲ ਨੰਦਾ ਆਪਣੇ ਮੁਲਕ 'ਚ ਇਹੋ ਜਿਹਾ ਬੰਦਾ ਹੈ ਜਿਹੜਾ 2 ਵਾਰ ਐਕਟਿੰਗ ਪ੍ਰਧਾਨ ਮੰਤਰੀ ਬਣ ਗਿਆ। ਖੜ ਜਾਓ, ਆਪਾਂ ਮੱਥਾ ਕਿਉਂ ਮਾਰਨਾ, ਇਹ ਤਾਂ ਆਪਾਂ ਹੁਣੇ ਦੇਖ ਕੇ ਆਏ ਵੀ ਕਿੱਧਰ ਆ ਸੀਗਾ। ਪਹਿਲਾਂ ਸੀ ਆਪਣਾ ਜਵਾਹਰ ਲਾਲ ਨਹਿਰੂ 47 ਤੋਂ 64, ਫਿਰ ਐਕਟਿੰਗ ਕਿਹਨਾਂ ਨੇ ਕੀਤੀ? ਗੁਲਜ਼ਾਰੀ ਲਾਲ ਨੰਦਾ ਜੀ ਨੇ। ਪੱਕਾ ਕੌਣ ਬਣ ਗਿਆ? ਲਾਲ ਬਹਾਦੁਰ ਸ਼ਾਸਤਰੀ, ਦੂਜੇ ਪ੍ਰਧਾਨ ਮੰਤਰੀ। ਬਟ ਇਹਨਾਂ ਦੀ ਵੀ 19 ਮਹੀਨਿਆਂ ਬਾਅਦ ਮੌਤ ਹੋ ਜਾਂਦੀ ਹੈ। ਅਤੇ ਫਿਰ ਇੱਥੇ ਬੱਚੋ ਐਕਟਿੰਗ ਕੌਣ ਬਣਦਾ? ਗੁਲਜ਼ਾਰੀ ਲਾਲ ਨੰਦਾ, ਹੈ ਨਾ ਕਮਾਲ, ਹਜੇ ਕਮਾਲ ਹੋਈ ਨਹੀਂ। ਫਿਰ ਇਹਨਾਂ ਨੇ ਐਕਟਿੰਗ ਜਸਟ 13 ਦਿਨਾਂ ਵਾਸਤੇ ਕਰਨੀ ਹੈ।
ਤੇ ਉਦੋਂ ਬਾਅਦ ਫਿਰ ਪੱਕਾ ਕੌਣ ਬਣਦਾ? ਉਦੋਂ ਬਾਅਦ ਬੱਚੋ ਫਿਰ ਤੀਜੇ ਨੰਬਰ ਤੇ ਪੱਕਾ ਬਣਦਾ ਇੰਦਰਾ ਗਾਂਧੀ। ਇਹ ਫਿਰ ਬੱਚੋ ਬਣਦਾ ਬਣਦੀ 66 ਤੋਂ ਲੈ ਕੇ 77 ਤੱਕ। ਤੇ 77 ਤੋਂ ਬਾਅਦ ਆਪਾਂ ਕਿਹੜਾ ਦੇਖਿਆ ਸੀ? ਮੁਰਾਰਜੀ ਦੇਸਾਈ, ਚੌਧਰੀ ਚਰਨ। ਮੈਂ ਕਹਿੰਦਾ ਆਪਾਂ ਕਿੰਨੀ ਲਿਸਟ ਤਾਂ ਜੀ ਘੈਂਟ ਬਣਾ ਲਈ। ਬਸ ਐਂ ਹੌਲੀ ਹੌਲੀ ਫਿਰ ਗਿਆਨ 'ਚ ਵਾਧਾ ਹੁੰਦਾ ਹੁੰਦਾ। ਹੁਣ ਇੱਕ ਦੇ ਕਲਾਸ 'ਚ ਆਪਾਂ ਕੀ ਕੁਛ ਕੁ ਦੱਸ ਦੇ, ਕੀ ਕੁਛ ਦੱਸ, ਆਹ ਸਾਰੇ ਬੰਦੇ ਦੱਸਣ ਵਾਲੇ ਹੈ। ਹੁਣ ਜਿਵੇਂ ਇੰਦਰਾ ਗਾਂਧੀ, ਇਹ ਅੱਜ ਤੱਕ ਦੀ ਇਕਲੌਤੀ ਪ੍ਰਧਾਨ ਮੰਤਰੀ ਹੈ ਵੂਮੈਨ, ਉਦੋਂ ਬਾਅਦ ਔਰਤ ਬਣੀ ਨਹੀਂ। ਪਰ ਪੰਗਾ ਗਲਤ ਬੰਦਿਆਂ ਨਾਲ ਲੈ ਲਿਆ ਸੀ, ਬਲੇਟੀ ਗਈ ਇਹ ਮਤਲਬ ਮਾਰ ਦਿੱਤੀ ਗਈ ਸੀ, ਅਸੈਸੀਨੇਸ਼ਨ ਹੋ ਗਿਆ ਸੀਗਾ, ਰਾਜੀਵ ਗਾਂਧੀ ਦਾ ਵੀ ਹੋ ਗਿਆ ਸੀਗਾ। ਸੋ ਕੁੱਲ ਮਿਲਾ ਕੇ ਸੱਚ ਸਵਾਲ ਤਾਂ ਵਿੱਚ ਹੀ ਹਟਤਾ ਹੋਏ, ਹੋਰ ਹੀ ਗੱਲਾਂ ਮਾਰਨ ਬਹਿ ਜਾਂਦੇ ਆ, ਦੱਸਦੇ ਨਹੀਂ ਵੀ ਸਵਾਲ ਦਾ ਜਵਾਬ ਦੇ ਦੇਗੇ। ਹਾਂ, ਦੋ ਵਾਰੀ ਕਹਿੰਦੇ ਵੀ ਆਫਟਰ ਦੀ ਡੈਥ ਆਫ ਨਹਿਰੂ ਜੀ ਐਂਡ ਆਫਟਰ ਡੈਥ ਆਫ ਸ਼ਾਸਤਰੀ ਜੀ, ਐਕਟਿੰਗ ਪ੍ਰਾਈਮ ਮਿਨਿਸਟਰ ਸੀ ਬੱਚੋ ਗੁਲਜ਼ਾਰੀ ਲਾਲ ਨੰਦਾ, ਤੇ ਦੋਨਾਂ ਵਾਰੀ ਕਿੰਨੇ ਕਿੰਨੇ ਦਿਨਾਂ ਵਾਸਤੇ ਬਣੇ ਸੀ? 13-13 ਦਿਨਾਂ ਵਾਸਤੇ ਬਣੇ ਸੀ। ਤੇ ਇਹਦੇ ਨਾਲ ਹੀ ਫਿਰ ਆਪਣੀ ਕੱਲ੍ਹ ਨੂੰ ਬੱਚੋ 13ਵੀਂ ਕਲਾਸ ਹੈ, ਉਹ ਆਪਣੀ ਪਾਰਲੀਮੈਂਟ ਦੀ ਲਾਸਟ ਹੋਵੇਗੀ। ਤਾਂ ਵਧੀਆ ਤਰੀਕੇ ਨਾਲ ਬਸ ਪੋਲੀਟੀ ਮੁੱਠੀ 'ਚ ਕਰਦੇ ਜਾਓ, ਕਿਉਂਕਿ ਐਮ ਸੀ ਕਿਊ ਦੀ ਫੋਰਮੈਟ 'ਚ ਵਧੀਆ ਰਿਵੀਜ਼ਨ ਅਤੇ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਰਹਿੰਦੀਆਂ। ਅਤੇ ਆਪਦੇ ਦੋਸਤਾਂ ਮਿੱਤਰਾਂ ਦੇ ਨਾਲ ਜੇ ਟਾਈਮ ਲੱਗੇ ਤਾਂ, ਜ਼ਰੂਰੀ ਕੋਈ ਨਹੀਂ ਹੁੰਦਾ, ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਉਹਨਾਂ ਨੂੰ ਕਲਾਸਿਸ ਬਾਰੇ ਦੱਸਿਆ ਕਰੋ, ਐਪ ਬਾਰੇ ਵੀ ਦੱਸ ਸਕਦੇ ਹੋ, ਤਾਂ ਜੋ ਉਹ ਵੀ ਫਿਰ ਆਪਣੇ ਨਾਲ ਹੌਲੀ ਹੌਲੀ ਕੀ ਹੈ ਜੁੜਦੇ ਜਾਣਗੇ। ਬਿਕੋਜ਼ ਅਸਲੀ ਐਡਵਰਟੀਜ਼ਮੈਂਟ ਉਹੀ ਹੁੰਦੀ ਹੈ ਜਿਹੜਾ ਬੱਚਾ ਬੱਚੇ ਨੂੰ ਗਾਹਾਂ ਦੱਸਦਾ, ਜਿਹੜਾ ਆਪਦੀ ਆਪ ਬੰਦਾ ਜਾਲ 'ਚ ਫਸਾਉਂਦਾ ਉਹ ਸਮਝ ਲਾ ਫਿਰ ਬਈ ਤੜਫੂਗਾ, ਇਹ ਗੱਲ ਮੇਰੀ ਯਾਦ ਰੱਖਿਓ, ਠੀਕ ਹੈ ਨਾ? ਤੁਹਾਨੂੰ ਚੰਗਾ ਲੱਗਦਾ ਗਾਹਾਂ ਜ਼ਰੂਰ ਦੱਸਿਆ ਕਰੋ। ਚਲੋ ਠੀਕ ਹੈ, ਫਿਰ ਮਿਲਦੇ ਹਾਂ ਬੱਚਾ ਆਪਾਂ ਕੱਲ੍ਹ ਨੂੰ ਨੈਕਸਟ ਕਲਾਸ ਦੇ ਵਿੱਚ। ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।